ਸਾਲੇ ਦੀ ਫੇਰ ਉੱਥੇ ਖੜੀ ਆ। ਤੂੰ ਮੈਂ ਦੱਸਦਾ ਚ ਜਾ ਕੇ ਦਾਰੂ ਪੀਣ ਲੱਗ ਗਏ ਹੋ। ਮੇਰੀ ਗੱਲ ਸੁਣ ਲਾ, ਮੈਂ ਤੇਰੇ ਪਿਓ ਦੀ ਦਾਰੂ ਪੀਣਾ, ਦਾਰੂ ਪੀਣਾ ਮੈਂ ਆਪਦੀ ਪੀਣੀ ਆ, ਨਾਲੇ ਤੂੰ ਕੌਣ ਹੁੰਦੀ ਆ ਮੈਨੂੰ ਰੋਕਣ ਵਾਲੀ? ਮੈਂ ਤਾਂ ਚੱਲ ਬਾਹਰ, ਨਾਲੇ ਤੂੰ ਇੱਥੇ ਕਰਦੀ ਆ। ਮੈਂ ਤੁਹਾਡੀ ਘਰ ਵਾਲੀ ਆ ਪ੍ਰੀਤ, ਤੁਸੀਂ ਕਿਉਂ ਨੀ ਸਮਝਦੇ? ਆ ਦਾਰੂ ਪੀ ਕੇ ਤੁਹਾਡਾ ਇੰਨਾ ਦਿਮਾਗ ਖਰਾਬ ਹੋਏਗਾ, ਤੁਹਾਨੂੰ ਐਵੇਂ ਨੀ ਪਤਾ ਲੱਗਦਾ। ਕਿਹੜੀ ਘਰ ਵਾਲੀ? ਤੂੰ ਮੇਰੀ ਘਰ ਵਾਲੀ ਨੀ ਹੈਗੀ, ਨਾਲੇ ਮੇਰਾ ਕੋਈ ਵਿਆਹ ਨੀ ਹੋਇਆ ਤੇਰੇ ਨਾਲ, ਤੂੰ ਹੀ ਇੱਥੇ ਫਿਰਦੀ ਆ। ਜਾ ਭੱਗ ਜਾ, ਮੈਂ ਨੀ ਰੱਖਣਾ ਤੈਨੂੰ। ਪ੍ਰੀਤ ਮੈਂ ਤੇਰੀ ਘਰ ਵਾਲੀ ਆ ਯਾਰ, ਮੈਂ ਤੇਰੇ ਨਾਲ ਵਿਆਹ ਕੀਤਾ ਹੁੰਦਾ ਸਭ ਕੁਝ ਛੱਡ ਕੇ, ਤੂੰ ਕਿਵੇਂ ਕਹਿ ਸਕਦਾ ਮੈਨੂੰ ਤੇਰੀ ਕੁਛ ਨੀ ਲੱਗਦੀ? ਕਿਹੜਾ ਵਿਆਹ ਕੀਤਾ? ਤੈਨੂੰ ਇੱਕ ਵਾਰੀ ਕਹਿਤਾ ਨਾ ਕਿ ਮੇਰਾ ਤੇਰੇ ਨਾਲ ਕੋਈ ਵਿਆਹ ਨਹੀਂ ਹੋਇਆ, ਕਿਉਂ ਮੈਂ ਮੇਰਾ ਦਿਮਾਗ ਖਾਈ ਨਹੀਂ ਆ? ਤੂੰ ਦਾਰੂ ਵੀ ਨੀ ਪੀਣ ਦਿੰਦੀ ਮੈਨੂੰ ਚੈਨ ਨਾਲ। ਮੇਰਾ ਇੰਨਾ ਵੀ ਹੱਕ ਨਹੀਂ ਕਿ ਮੈਂ ਤੈਨੂੰ ਪੁੱਛ ਸਕਾਂ ਕੁਛ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਤੇਰਾ ਮੇਰੇ ਤੇ ਕੋਈ ਹੱਕ ਨਹੀਂ, ਮੇਰਾ ਤੇਰੇ ਨਾਲ ਕੋਈ ਵਿਆਹ ਨਹੀਂ ਹੋਇਆ, ਮੈਂ ਕੋਈ ਤੈਨੂੰ ਪਿਆਰ ਨਹੀਂ ਕਰਦਾ, ਠੀਕ ਆ? ਆਪਦਾ ਬੋਰੀਆ ਬਿਸਤਰਾ ਬੰਨ ਤੇ ਇੱਥੋਂ ਡੰਡੀ ਲੱਗ, ਮੈਨੂੰ ਦਾਰੂ ਪੀ ਲੈਣ ਦੇ। ਜੇ ਅੱਗੇ ਤੋਂ ਮੈਨੂੰ ਰੋਕਿਆ ਨਾ ਵੀ ਤੁਸੀਂ ਆਹ ਦਾਰੂ ਪੀਨੇ ਹੋ ਤਾਂ ਤੇਰੀ ਜਵਾਨ ਵੜ ਦੂੰ, ਜਵਾਨ ਜਵਾਨ ਸੰਭਾਲ ਕੇ ਬੋਲਿਆ ਕਰ, ਠੀਕ ਆ ਨਾ? ਆਈ ਇੱਥੇ ਅਜੇ ਝਾੜੂ ਜਾ ਲਾਉਣਾ ਲਾੜਾ, ਨਹੀਂ ਆਪਦਾ ਚੱਕ ਬੈਗ ਜੇ ਡੰਡੀ ਹੋ ਜਾ ਤੂੰ ਡੰਡੀ। ਤੈਨੂੰ ਦੱਸਦੀ ਗੱਲ, ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਪ੍ਰੀਤ, ਮੈਨੂੰ ਹੋਰ ਕੁਛ ਨੀ ਚਾਹੀਦਾ, ਬਸ ਆ ਦਾਰੂ ਛੱਡ ਦੇ, ਤੈਨੂੰ ਰੱਬ ਦਾ ਵਾਸਤਾ ਦਾਰੂ ਛੱਡ ਦੇ। ਹੈ ਸਾਲੀ, ਨਾ ਮੈਂ ਤੇਰੇ ਪਿਓ ਤੋਂ ਲੈ ਕੇ ਪੀਣਾ, ਮੈਂ ਲੰਘ ਕਿਸੇ ਥਾਂ ਦੇ, ਮੇਰੇ ਸਾਲਿਆਂ ਨੇ ਕਦੇ ਪਾਣੀ ਦੀ ਘੁੱਟ ਤਾਂ ਪੁੱਛੀ ਨੀ, ਦਾਰੂ ਪਿਆਉਣਗੇ ਮੈਨੂੰ ਇਹ? ਸਾਡੇ ਘਰ ਚ ਤਾਂ ਪ੍ਰੀਤ ਕੋਈ ਵੀ ਨੀ ਪੀਂਦਾ ਦਾਰੂ, ਤੇ ਰਹੀ ਗੱਲ ਮੇਰੀ, ਮੈਂ ਤੇ ਕਦੇ ਇਹ ਗੱਲ ਸੋਚੀ ਵੀ ਨੀ ਸੀਗੀ ਕਿ ਮੇਰਾ ਘਰ ਵਾਲਾ ਵੀ ਦਾਰੂ ਪੀਣ ਲੱਗ ਜੂਗਾ। ਤੁਸੀਂ ਕਿਉਂ ਪੀਨੇ ਹੋ ਇੰਨੀ ਦਾਰੂ? ਛੱਡ ਦੋ ਨਾ, ਕੀ ਰੱਖਿਆ ਇਹਦੇ ਚ? ਖਬਰਦਾਰ ਸਾਲੀਏ, ਜੇ ਮੈਨੂੰ ਆਪਦਾ ਘਰ ਵਾਲਾ ਕਿਹਾ ਮੈਂ ਤੇਰਾ ਕੁਛ ਨੀ ਲੱਗਦਾ, ਤੇ ਆਹ ਦਾਰੂ, ਦਾਰੂ ਤਾਂ ਜੱਟ ਸਾਰੀ ਉਮਰ ਆਹੀ ਪੀਊ, ਤੂੰ ਕਰ ਲਾ ਜਿਹੜਾ ਕੁਛ ਹੁੰਦਾ ਤੇਰੇ ਤੋਂ। ਫਿਰ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਨੀ ਸੀ ਤੁਸੀਂ? ਜੇ ਤੁਹਾਨੂੰ ਦਾਰੂ ਨਾਲ ਹੀ ਇੰਨਾ ਮੋਹ ਸੀਗਾ, ਫਿਰ ਮੇਰੇ ਨਾਲ ਵਿਆਹ ਕਿਉਂ ਕਰਾਇਆ? ਕਿਉਂ ਮੇਰੀ ਜ਼ਿੰਦਗੀ ਨੂੰ ਖਰਾਬ ਕਰਕੇ ਰੱਖਤਾ? ਤੈਨੂੰ ਮੈਂ ਉਹਦੀ ਮਰਜ਼ੀ ਨਾਲ ਨਹੀਂ ਵਿਆਹਿਆ, ਆ ਭਾਈ ਤੇ ਆ ਮੇਰੀ ਭਾਬੀ, ਇਹਨਾਂ ਨੇ ਮੇਰੇ ਤੇ ਪ੍ਰੈਸ਼ਰ ਪਾਇਆ, ਕਹਿੰਦੇ ਤੇਰਾ ਉਹ ਕੁੜੀ ਨਾਲ ਵਿਆਹ ਕਰਨਾ, ਉਹ ਜੇ ਤੂੰ ਨਾ ਆਉਂਦੀ ਸਾਲੀ ਜ਼ਿੰਦਗੀ ਹੋਰ ਹੋਣੀ ਸੀ। ਜੇ ਤੁਹਾਡੇ ਤੇ ਇੰਨਾ ਹੀ ਪ੍ਰੈਸ਼ਰ ਸੀਗਾ ਤਾਂ ਤੁਸੀਂ ਵਿਆਹ ਵੇਲੇ ਮਨਾ ਕਰ ਦਿੰਦੇ, ਤੁਸੀਂ ਮੇਰੇ ਬਾਰੇ ਕਿਉਂ ਨਹੀਂ ਸੋਚਿਆ? ਕੋਈ ਦਿਨ ਇਹ ਜਿਹਾ ਨਹੀਂ ਲੰਘਦਾ ਜਿਹੜਾ ਸੁੱਖ ਸ਼ਾਂਤੀ ਨਾਲ ਲੰਘ ਜੇ, ਮੈਂ ਇੰਨੀ ਕੁੱਟ ਮਾਰ ਤੁਹਾਨੂੰ ਤਾਂ ਖਾਂਦੀ ਰਹੀ, ਤੁਹਾਨੂੰ ਬਿਲਕੁਲ ਤਰਸ ਨਹੀਂ ਆਇਆ ਮੇਰੇ ਤੇ? ਤਰਸ ਹਾਂ ਮੇਰੇ ਸਾਲੇ ਦੀ ਨਾ ਕਦੋਂ ਦੀ ਚਬੜ ਚਬੜ ਕਰੀ ਜਾਂਦੀ ਆ, ਤੇਰੇ ਤਾਂ ਹਜੇ ਛਿੱਤਰ ਲਾਏ ਨਹੀਂ, ਜਦੋਂ ਮੈਂ ਤੇਰੇ ਛਿੱਤਰ ਲਾਏ ਨਾ ਉਦੋਂ ਤਾਂ ਗੱਲਾਂ ਹੀ ਹੋਰ ਹੋਣਗੀਆਂ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਇੱਥੋਂ ਡੰਡੀ ਲੱਗ ਤੱਕਿਆ ਚਬੜ ਚਬੜ ਕਰਨ। ਹਾਏ
ਰੱਬਾ, ਮੈਂ ਤੇਰਾ ਕੀ ਵਿਗਾੜਿਆ ਸੀ, ਇਹ ਜੇ ਕੀ ਗੁਨਾਹ ਹੋ ਗਿਆ ਸੀ ਮੇਰੇ ਤੋਂ। ਜੇ ਤੂੰ ਮੇਰੀ ਜ਼ਿੰਦਗੀ ਚ ਇਹ ਜੇ ਦਿਨ ਮੈਨੂੰ ਦਿਖਾਏ, ਮੈਂ ਕਦੇ ਸੋਚਿਆ ਵੀ ਨਹੀਂ ਸੀ ਰੱਬਾ ਮੈਂ ਕਿਹਦੇ ਕੋਲ ਆਪਣੇ ਦਰਦ ਪਰੋਲਾਂ, ਕਿਹਨੂੰ ਜਾ ਕੇ ਦੱਸਾਂ ਵੀ ਮੈਂ ਇੰਨੀ ਦੁਖੀ ਹਾਂ। ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਮੈਨੂੰ ਕਦੋਂ ਦੀ ਇੱਥੋਂ ਲੈ ਕੇ ਚਲੇ ਜਾਂਦੀ, ਪਰ ਮੈਂ ਤਾਂ ਉਸ ਪਿਓ ਦੀ ਜਾਈ ਹਾਂ ਜਿਹਨੇ ਮੇਰੀ ਮਾਂ ਮੁੱਕਣ ਤੋਂ ਬਾਅਦ ਝੱਟ ਦੂਜਾ ਵਿਆਹ ਕਰਾ ਲਿਆ ਸੀ ਤੇ ਮੈਨੂੰ ਭਰੀ ਜਵਾਨੀ 'ਚ ਇੱਕ ਨਸ਼ੇੜੀ ਨਾਲ ਵਿਆਹ ਤਾ। ਮੇਰੇ ਤੇ ਪੂਰਾ ਤਰਸ ਨਹੀਂ ਆਇਆ ਰੱਬਾ, ਘੱਟੋ ਘੱਟ ਤੂੰ ਤੇ ਮੇਰੇ ਤੇ ਤਰਸ ਕਰਦਾ, ਤੂੰ ਤੇ ਤਰਸ ਕਰਦਾ ਮੇਰੇ ਤੇ, ਕਿਹਨੂੰ ਜਾ ਕੇ ਦੱਸਾਂ ਮੈਂ। ਦੀਦੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਜੇ ਗੱਲ ਕਰੇਂਗੀ ਨਾ ਤਾਂ ਚੱਜ ਦੀ ਕਰੀ, ਦੱਸ। ਦੀਦੀ ਮੈਂ ਇਹ ਗੱਲ ਕਹਿੰਦੀ ਸੀਗੀ ਵੀ ਮੇਰੇ ਤੋਂ ਇਹ ਜੀ ਕੀ ਗਲਤੀ ਹੋ ਗਈ ਆ ਜੋ ਮੈਂ ਇਹ ਜੀ ਨਰਕ ਭਰੀ ਜ਼ਿੰਦਗੀ ਜੀ ਰਹੀ ਹਾਂ। ਤੁਸੀਂ ਪ੍ਰੀਤ ਨੂੰ ਕਹਿ ਦਿਓ ਨਾ ਵੀ ਉਹ ਦਾਰੂ ਛੱਡ ਦੇਵੇ। ਕੀ ਆਹ ਕਿਹੋ ਜਿਹੀ ਗੱਲਾਂ ਕਰ ਰਹੀ ਹੈਗੀ? ਨਾ ਮੇਰੀ ਗੱਲ ਸੁਣ, ਇੰਨਾ ਸੋਹਣਾ ਘਰ ਬਾਰ ਆ, ਇੰਨਾ ਸੋਹਣਾ ਸੁਨੱਖਾ ਮੇਰਾ ਦਿਓਰ ਆ, ਹੋਰ ਤੈਨੂੰ ਇੱਥੇ ਕੀ ਚਾਹੀਦਾ ਗਾ? ਦੇਖ ਜੇ ਤੂੰ ਇਹਨੂੰ ਵੀ ਨਰਕ ਭਰੀ ਜ਼ਿੰਦਗੀ ਕਹਿੰਦੀ ਆ ਨਾ, ਹੋਰ ਦੱਸ ਤੈਨੂੰ ਮੈਂ ਸਵਰਗ ਕਿੱਥੇ ਦਿਖਾ ਦਾਂ। ਦੀਦੀ ਇਕੱਲਾ ਘਰ ਬਾਰ ਨਾਲ ਨੀ ਜ਼ਿੰਦਗੀ ਜੀ ਜਾਂਦੀ, ਆਖਰ ਨੂੰ ਆਪਣਾ ਘਰ ਵਾਲਾ ਵੀ ਚੰਗਾ ਹੋਣਾ ਚਾਹੀਦਾ ਆ। ਮੈਂ ਪ੍ਰੀਤ ਨੂੰ ਗਲਤ ਨਹੀਂ ਕਹਿੰਦੀ ਦੀਦੀ, ਪਰ ਬਸ ਤੁਸੀਂ ਉਹਦੀ ਦਾਰੂ ਛਡਵਾ ਦਿਓ। ਦੀਦੀ ਉਹ ਰੋਜ਼ ਮੈਨੂੰ ਕੁੱਟਦਾ ਮਾਰਦਾ ਆ, ਤੁਸੀਂ ਦੇਖੇ ਮੈਂ ਜਦੋਂ ਦੀ ਇਸ ਘਰ ਵਿੱਚ ਵਿਆਹ ਕੇ ਆਈ ਹਾਂ ਕੋਈ ਦਿਨ ਇਹ ਜਾਣੀ ਨਿਕਲਦਾ ਵੀ ਜਿੱਦੇ ਉਹ ਮੈਨੂੰ ਕੁੱਟਦਾ ਮਾਰਦਾ ਗਾਲਾਂ ਨਾ ਕੱਢਦਾ ਹੋਵੇ। ਦੇਖ ਤੇਰੇ 'ਚ ਹੀ ਕੋਈ ਕਮੀ ਹੋਣੀ ਹੈਗੀ ਤਾਂ ਹੀ ਕੁੱਟਦਾ ਮਾਰਦਾ, ਨਹੀਂ ਉਹਦਾ ਕੀ ਦਿਮਾਗ ਹੱਲਿਆਗਾ ਕਿ ਤੈਨੂੰ ਬੇਮਤਲਬ ਦਾ ਬੋਲੂਗਾ ਕੁੱਟੂ ਮਾਰੂਗਾ। ਮੈਨੂੰ ਤਾਂ ਇੰਨੇ ਸਾਲ ਹੋ ਗਏ ਵਿਆਹ ਕੇ ਆਈ ਨੂੰ ਇਸ ਘਰ 'ਚ, ਪਹਿਲਾਂ ਤਾਂ ਕਦੀ ਇਹੋ ਜਿਹਾ ਕੁਛ ਹੋਇਆ ਨੀ ਗਾ। ਦੀਦੀ ਮੈਂ ਵੀ ਤਾਂ ਤੁਹਾਡੇ ਸਾਹਮਣੇ ਰਹਿੰਦੀ ਹਾਂ, ਤੁਸੀਂ ਆਪ ਦੱਸੋ ਮੈਂ ਕਿੰਨਾ ਕੁ ਬੋਲਦੀ ਹਾਂ ਇਸ ਘਰ ਦੇ ਵਿੱਚ। ਸਾਰਾ ਦਿਨ ਤਾਂ ਮੈਂ ਕੰਮ ਕਰਦੀ ਮਰ ਜਾਂਦੀ ਹਾਂ, ਫਿਰ ਵੀ ਮੈਨੂੰ ਆਹ ਕੁਛ ਮਿਲਦਾ ਆ। ਦੇਖ ਡਿੰਪਲ ਜਿੰਨਾ ਕੁ ਹੋ ਸਕਿਆ ਨਾ ਸਮਝਾ ਦੂੰਗੀ ਮੈਂ ਉਹਨੂੰ, ਪਰ ਬਾਲਾ ਮੱਥਾ ਮੇਰੇ ਤੋਂ ਵੀ ਨੀ ਬਚਦਾ ਹੈਗਾ। ਦੀਦੀ ਜ਼ਿਆਦਾ ਨਾ ਸਹੀ, ਘੱਟੋ ਘੱਟ ਹੱਥ ਜੋੜ ਕੇ ਬੇਨਤੀ ਆ, ਬਸ ਉਹਨੂੰ ਇੰਨਾ ਹੀ ਕਹਿ ਦਿਓ ਵੀ ਉਹ ਦਾਰੂ ਛੱਡ ਦੇ। ਮਾੜਾ ਮੋਟਾ ਤੂੰ ਵੀ ਦੇਖ ਲਿਆ ਕਰ, ਤੂੰ ਮੈਨੂੰ ਆਪ ਹੀ ਦੱਸ, ਸਾਰੀ ਦਿਹਾੜੀ ਤੂੰ ਰੋਣ ਪਿੱਟਣ ਪਾਈ ਰੱਖਦੀ ਆ ਘਰ 'ਚ, ਕਦੇ ਤੂੰ ਹੱਸ ਕੇ ਉਹਦੇ ਨਾਲ ਗੱਲ ਕਰੀ ਹੈਗੀ? ਕਦੇ ਉਹਨੂੰ ਪੁੱਛਿਆ ਕੁਛ ਤੇ ਨਿਆਏ ਨੂੰ? ਦੀਦੀ ਉਹਨੂੰ ਕੀ ਪੁੱਛਾਂ ਮੈਂ, ਜਦੋਂ ਉਹਦੇ ਕੋਲ ਗੱਲ ਕਰਨ ਨੂੰ ਬੈਠਦੀ ਉਹ ਆਪਣੇ ਹਾਲਾਤ 'ਚ ਹੀ ਨਹੀਂ ਹੁੰਦਾ ਗੱਲ ਕਰ ਸਕੇ, ਦਾਰੂ ਨਾਲ ਰੱਜਿਆ ਹੁੰਦਾ। ਜਨਾਨੀ ਦੇ ਹੱਥ ਹੁੰਦਾ ਘਰ ਨੂੰ ਵਸਾਉਣਾ, ਬੰਦੇ ਨੂੰ ਆਪਦੇ ਹੱਥ 'ਚ ਰੱਖਣਾ, ਕਾਬੂ 'ਚ ਰੱਖਣਾ। ਤੂੰ ਤਾਂ ਉਹਦਾ ਸਾਹਮਣੇ ਬੜੀ ਸਿਆਣੀ ਬਣਦੀ ਹੈਗੀ। ਦੀਦੀ ਕਾਹ ਨੂੰ, ਮੈਂ ਕਿੱਥੇ ਸਿਆਣੀ ਹਾਂ, ਮੈਂ ਤਾਂ ਜਦੋਂ ਦੀ ਇਸ ਘਰ ਦੇ ਵਿੱਚ ਵਿਆਹ ਕੇ ਆਈ ਹਾਂ ਨਾ ਕਮਲੀ ਹੋ ਗਈ, ਜਦੋਂ ਮੇਰੀ ਮਾਂ ਮੁੱਕ ਗਈ ਉਹ ਤੋਂ ਬਾਅਦ ਭਰੀ ਜਵਾਨੀ 'ਚ ਇਹਦੇ ਨਾਲ ਵਿਆਹ ਕਰਤਾ, ਬਸ ਰੋਣਾ ਧੋਣਾ ਹੀ, ਮੈਂ ਕਦੀ ਸਿਆਣੀ ਆ? ਰੋਣਾ ਧੋਣਾ ਨਹੀਂ, ਤੂੰ ਸ਼ੁਕਰ ਮਨਾ ਰੱਬ ਦਾ ਤੈਨੂੰ ਇੰਨਾ ਵਧੀਆ ਪਰਿਵਾਰ ਮਿਲਿਆ। ਜੇ ਕਿਤੇ ਤੇਰਾ ਪਿਓ ਕਿਤੇ ਹੋਰ ਸਾਥ ਕਰ ਦਿੰਦਾ ਤੇਰਾ ਕਿਸੇ ਦਾਰੂ ਪੀਣ ਵਾਲੇ ਨਾਲ, ਕਿਸੇ ਵੱਡੀ ਉਮਰ ਦੇ ਨਾਲ, ਫੇਰ ਤੂੰ ਕੀ ਕਰਦੀ ਹੈ? ਤੂੰ ਇੰਨਾ ਦੇਖ ਕਿ ਮੈਂ ਤੇਰੇ ਇਸ ਘਰ 'ਚ ਰਿਸ਼ਤਾ ਕਰਾਇਆ ਤੇ ਸਾਰਾ ਕੁਛ ਤੇਰੇ ਕੋਲ ਹੈਗਾ ਗਾ, ਸਾਰਾ ਕੁਛ ਆਉਣ ਦੇ
ਬਾਵਜੂਦ ਵੀ ਨਾ ਆਹ ਗੱਲਾਂ ਨਾ ਕਰ, ਸੋਹਣੀ ਨੀ ਲੱਗਦੀ ਹੈਗੀ ਤੂੰ ਆਹ ਕੁਛ ਕਹਿੰਦੀ। ਧੰਨਵਾਦ ਦੀਦੀ ਤੁਹਾਡਾ ਬਹੁਤ ਬਹੁਤ, ਜਿਹੜਾ ਤੁਸੀਂ ਮੇਰਾ ਇਸ ਘਰ ਦੇ ਵਿੱਚ ਵਿਆਹ ਕਰਾਇਆ, ਵੀ ਇਹ ਕਾਰੋਬਾਰ ਮਹਿਲਾਂ ਵਰਗਾ ਘਰ ਜੋ ਮੈਨੂੰ ਮਿਲਿਆ। ਪਰ ਦੀਦੀ ਇੱਕ ਕਮੀ ਰਹਿ ਗਈ ਬਸ, ਜਿਹਦੇ ਸਹਾਰੇ ਨਾ ਇੱਕ ਔਰਤ ਆਪਣੀ ਪੂਰੀ ਜ਼ਿੰਦਗੀ ਕੱਟਦੀ ਹੈ, ਉਹ ਚੀਜ਼ ਨਹੀਂ ਹੈ ਮੇਰੇ ਕੋਲ, ਮੇਰਾ ਆਦਮੀ। ਆਦਮੀ ਚੱਜ ਦਾ ਹੋਵੇ ਨਾ ਤਾਂ ਔਰਤ ਸਭ ਕੁਛ ਕੱਟ ਲੈਂਦੀ ਹੈ, ਗਰੀਬੀ ਵੀ ਤੇ ਭੁੱਖ ਵੀ। ਪਰ ਕੀ ਕਰਾਂ ਮੈਂ, ਮੈਂ ਕੀ ਕਰਨੀ ਇਹ ਜੇ ਰੋਟੀ ਖਾ ਕੇ। ਹੱਦ ਕਰੀ ਜਾਂਦੀ ਹੈ ਤੂੰ, ਮੈਂ ਤਾਂ ਗਲਤੀ ਕਰਦੀ ਤੇਰੇ ਇਸ ਘਰ ਚ ਰਿਸ਼ਤਾ ਲਿਆ ਕੇ, ਉਲਟਾ ਨੇ ਮੈਨੂੰ ਵੀ ਮੱਤ ਦੇਣ ਲੱਗ ਰਹੀ ਹੈਗੀ। ਮੇਰੀ ਗੱਲ ਸੁਣ ਲੈ, ਜਿੰਨਾ ਕੁ ਮੇਰੇ ਤੋਂ ਹੋ ਸਕਿਆ ਮੈਂ ਉਹਨੂੰ ਕਹਿ ਦੂੰਗੀ, ਠੀਕ ਹੈ ਨਾ? ਤੇ ਨਾਲੇ ਹਾਂ, ਆਪਦੇ ਵੀਰ ਚ ਰਵੇ ਨਾ, ਕੋਈ ਤਿੰਨ ਪੰਜ ਨਾ ਕਰਦੀ, ਨਹੀਂ ਹਿਸਾਬ ਲਾਣੀ ਉਹਦਾ ਤੇਰੇ ਨਾਲ ਹੁੰਦਾ ਕੀ ਆ। ਦੀਦੀ ਮੈਂ ਤਾਂ ਕੀ ਕਹਿਣਾ, ਤੁਸੀਂ ਇੱਕ ਵਾਰੀ ਵੀਰ ਜੀ ਨੂੰ ਕਹਿ ਦਿਓ ਵੀ ਉਹ ਗੱਲ ਕਰ ਲੈਣ, ਆਖਰ ਉਹਨਾਂ ਦੇ ਭਰਾ ਨੇ, ਕੀ ਪਤਾ ਉਹਨਾਂ ਦੀ ਗੱਲ ਸਮਝ ਜਾਣ। ਲੈ ਅੱਗੇ ਵੀਰ ਜੀ ਨੂੰ ਕਹਿ ਦੋ, ਤੈਨੂੰ ਵੀਰ ਜੀ ਦੇ ਸੁਭਾਅ ਦਾ ਨੀ ਪਤਾ, ਪਤਾ ਕਿੰਨਾ ਕੱਤਾ ਗਾ ਉਹਦਾ ਸੁਭਾਅ, ਵੀ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਘਰੋਂ ਬਾਹਰ ਕੱਢ ਦੂਗਾ। ਨਾਲੇ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਘਰ ਚ ਆਹ ਕੁਛ ਹੁੰਦਾ, ਸਭ ਤੋਂ ਪਹਿਲਾਂ ਤਾਂ ਉਹਨੇ ਪ੍ਰੀਤ ਨੂੰ ਬਾਹਰ ਕੱਢਣਾ ਗਾ, ਫੇਰ ਕੀ ਕਰੇਗੀ ਤੂੰ? ਤੂੰ ਚੁੱਪ ਹੀ ਰਹਿ, ਚਾਹੇ ਜੀ ਜ਼ਿੰਦਗੀ ਨਿਕਲਦੀ ਆ ਕੱਢ ਲਾ। ਚਲੋ ਦੀਦੀ ਮੈਂ ਕੀ ਕਰ ਸਕਦੀ, ਮੈਂ ਤਾਂ ਤੁਹਾਡੇ ਤੋਂ ਇਹੀ ਉਮੀਦ ਸੀਗੀ ਕਿ ਚੱਲ ਤੁਸੀਂ ਉਹਨੂੰ ਕਹਿ ਤਾਂ ਸਕਦੇ ਹੋ ਵੀ ਤੂੰ ਦਾਰੂ ਛੱਡ ਦੇ, ਨਾ ਲੜਿਆ ਕਰ ਘਰੇ, ਘਰ ਦੇ ਵਿੱਚ ਤੁਸੀਂ ਆਪ ਦੱਸੋ ਵੀ ਕੀ ਕਮੀ ਹੈ ਇਸ ਘਰ ਦੇ ਵਿੱਚ, ਤੇਰੇ ਤੋਂ ਕਿਉਂ ਨੀ ਸਰਦਾ ਦਾਰੂ ਬਿਨਾਂ। ਤੇਰਾ ਦਿਮਾਗ ਮੋਟਾ ਭੈਣੇ, ਆ ਦੇ ਤੇਰੇ ਅੱਗੇ ਜੋੜੇ ਹੱਥ, ਮੇਰੇ ਕੋਲੇ ਤੇਰੀ ਕਿਸੇ ਵੀ ਗੱਲ ਦਾ ਜਵਾਬ ਨੀ ਹੈਗਾ, ਠੀਕ ਹੈ? ਆ ਸਵੇਰੀ ਨਾ ਰੋਣ ਧੋਣ ਲੈ ਕੇ ਬੈਠ ਜਾ ਕਰ, ਜੇ ਜਾ ਕੇ ਕੰਮ ਕਾਰ ਕਰ ਲੱਭਦਾ ਕੋਈ। ਠੀਕ ਹੈ ਦੀਦੀ। ਆਈਆ ਮੈਨੂੰ ਮੱਤਾ ਦੇਣ ਵਾਲੀ, ਮੈਨੂੰ ਸਮਝ ਨੀ ਆਉਂਦੀ ਹੈਗੀ ਇਹਦਾ ਦਿਮਾਗ ਕਿਹੋ ਜਿਹਾ ਨਹੀਂ, ਮੁੜ ਮੁੜ ਉਹੀ ਗੱਲਾਂ ਵੀ ਤੂੰ ਜਿਹੜਾ ਕੰਮ ਕਰਨ ਵਾਲਾ ਤਾਂ ਕਰਦੀ ਨੀ ਹੈਗੀ, ਰੋਜ਼ ਅਣਮੋਹ ਨੂੰ ਲੈ ਕੇ ਬੈਠ ਜੂਗੀ। ਮੈਂ ਵੀ ਨਾ ਬਹੁਤ ਵੱਡੀ ਗਲਤੀ ਕਰ ਲਈ ਜਿਹੜੇ ਇਹਦਾ ਸਾਕ ਇਸ ਘਰ ਚ ਲਿਆ ਕੇ ਕਰਾ ਤਾ, ਚੰਗੀ ਭਲੀ ਵਧੀਆ ਇਕੱਲੀ ਰਾਜ ਕਰਦੀ ਸੀ ਤਾਂ ਉਹਦੀ ਜ਼ਿੰਦਗੀ ਜਿਉਂਦੀ ਸੀ, ਜਿੱਦਣ ਦੀ ਇਹ ਆਈ ਆ ਰੋਣੀ ਸੁਰਤ, ਇਹਨੂੰ ਦੇਖ ਦੇਖ ਕੇ ਮੈਂ ਤਾਂ ਗੁੱਸਾ ਹੀ ਚੜੀ ਜਾਂਦਾ ਗਾ, ਕਿੱਥੇ ਕਰਮਾਂ ਚ ਧਰੀ ਪਈ ਸੀਗੀ। ਕੀ ਆ ਸਾਰਾ ਕੰਮ ਕਰ ਮੇਰੇ ਗੱਲ ਪਾ ਰੱਖਿਆ, ਆਪ ਡੱਕਾ ਨੀ ਤੋੜਦੀ ਹੈਗੀ, ਜੇ ਕਹਿ ਦੇਵਾਂ ਕਿਸੇ ਕੰਮ ਨੂੰ ਫਿਰ ਕਹੂਗੀ ਮੇਰਾ ਆਹ ਦੁਖਦਾ ਮੇਰਾ ਉਹ ਦੁਖਦਾ, ਕਿੱਥੇ ਡਰਾਮੇਬਾਜ਼ ਕਰਮਾਂ ਚ ਧਰੀ ਪਈ ਸੀਗੀ। ਪਰ ਮੇਰੀ ਕਰਮ ਫੁੱਟੇ ਪਏ ਸੀ ਜਿਹੜੇ ਇਹਨੂੰ ਇੱਥੇ ਵਿਆਹ ਲਿਆਂਦਾ, ਚੰਗੀ ਰਹਿੰਦੀ ਉਦੋਂ ਮੈਂ ਵੀ, ਜਿੰਨਾ ਮਰਜ਼ੀ ਕਰ ਲਾਂ ਇਸ ਘਰ ਚ ਇਹ ਨੀ ਕਦਰ ਪਾਉਂਦੇ ਤਾਂ ਪਾਉਣੀ ਕੀ ਆ। ਕਰਦੀਆਂ ਇਹਨਾਂ ਨਾਲ ਕਰਦੀਆਂ ਗੱਲ ਵੀ ਆਹ ਕੁਛ ਕਰਦੀ ਆ। ਕੀ ਗੱਲ ਪ੍ਰਵੀਨ, ਆਏ ਉਦਾਸ ਜੀ ਬੈਠੀ ਹੈ? ਉਦਾਸ ਨਾ ਹੋਵਾਂ ਤਾਂ ਹੋਰ ਕੀ ਕਰਾਂ, ਮੈਂ ਤਾਂ ਇਹਦਾ ਸਾਹ ਕਰਾ ਕੇ ਫਸ ਗਈ, ਜਿੰਨਾ ਮਰਜ਼ੀ ਕਹਿ ਲਾ ਕੰਮ ਕਰ ਮਜਾਰਾ ਪੂਰਾ ਡੱਕਾ ਤੋੜ ਦੇਵੇ। ਤੂੰ ਤਾਂ ਆਪੇ ਫਸ ਗਈ, ਵਿਆਹ ਕਰਾ ਕੇ ਤਾਂ ਮੈਂ ਫਸ ਗਿਆ ਤੇਰੇ ਨਾਲ, ਪਰ ਤੂੰ ਤਾਂ ਕੁਛ ਨਹੀਂ ਲਿਆ ਸਕੀ ਸੀ ਦਾਜ ਚ, ਉਹ ਤੋਂ ਤਾਂ ਮੰਗਵਾ ਦਿੰਦੀ। ਹੁਣ ਤੁਸੀਂ ਮੇਰੇ ਪੇਕਿਆਂ ਤੇ ਆ ਜਾਓ ਨਾ, ਕਿੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਉਹੀ ਪੁਰਾਣੀਆਂ ਗੱਲਾਂ ਲੈ ਕੇ ਬੈਠ ਜਾਂਦੇ ਹੋਗੇ। ਨਾ ਹੋਰ ਕੀ ਕਰਾਂ, ਲੋਕ ਆਪਦੇ ਜਵਾਨਾਂ ਨੂੰ ਨਾ 100-100 ਚੀਜ਼ਾਂ ਦਿੰਦੇ ਆ ਤੇ ਤੇਰੇ ਨੰਗ ਪੇਕਿਆਂ ਤੋਂ ਉਹ ਵੀ ਨਹੀਂ ਸਰਿਆ। ਨਾ ਕੀ ਨੰਗ ਪਰਖੀ ਜਾਂਦੇ ਹੋਗੇ,
ਬਥੇਰਾ ਸੋਹਣਾ ਵਿਆਹ ਕਰਤਾ ਮੇਰੇ ਪਿਓ ਨੇ। ਉਦੋਂ ਤਾਂ ਤੁਸੀਂ ਵੀ ਬੜਾ ਕਹਿੰਦੇ ਸੀਗੇ ਕਿ ਸਾਨੂੰ ਤਾਂ ਕੁੜੀ ਵਧੀਆ ਤੇ ਸੋਹਣੀ ਸੁਨੱਖੀ ਚਾਹੀਦੀ ਆ, ਦਾਜ ਦਹੇਜ ਨਹੀਂ ਚਾਹੀਦਾ। ਨਾ ਹੁਣ ਕੀ ਹੋ ਗਿਆ, ਹੁਣ ਤੁਸੀਂ ਦੂਏ ਦਿਨ ਕਹਿਣ ਲੱਗ ਜਾਂਦੇ ਹੋ ਦਾਜ ਬਾਰੇ ਕਹੀ ਜਾਂਦੇ ਹੋਗੇ। ਹੱਦ ਹੁੰਦੀ ਹੈ ਕਿਸੇ ਗੱਲ ਦੀ, ਕਿੰਨਾ ਕੁ ਟਾਈਮ ਸਹੀ ਜਾਵਾਂ ਮੈਂ। ਜਿੰਨੀ ਕੁ ਹੈਸੀਅਤ ਸੀ ਮੇਰੇ ਪਿਓ ਨੇ ਕਰਤਾ, ਬਥੇਰਾ ਕਰਜ਼ਾ ਚੱਕ ਲਿਆ ਸੀਗਾ। ਜੇ ਅੱਗੇ ਉਹਦੀ ਕਹਿ ਦਿੰਦੇ ਥੋੜਾ ਜਿਹਾ ਕਰਜ਼ਾ ਹੋਰ ਚੱਕ ਲੈਂਦੇ, ਨਾਲੇ ਤੁਹਾਨੂੰ ਕਿਹੜਾ ਨਹੀਂ ਪਤਾ ਸਾਡੇ ਸਿਰ ਤੇ ਹੋਰ ਹੈਗਾ ਵੀ ਕੌਣ। ਭਰਾ ਮੇਰੇ ਨਹੀਂ ਹੈਗਾ ਵੀ ਜਿਹੜਾ ਕਰਜ਼ਾ ਚੱਕ ਕੇ ਤੁਹਾਨੂੰ ਦੇ ਦੂਗਾ ਸਮਾਨ। ਮਾੜਾ ਮੋਟਾ ਆਪ ਹੀ ਦੇਖ ਲਓ ਤੁਸੀਂ। ਚੱਲ ਉਹ ਵੀ ਤੇਰੀ ਗੱਲ ਸਹੀ ਹੈ ਵੀ ਚੱਲ ਨਹੀਂ ਦਾਜ ਦਿੱਤਾ, ਪਰ ਕਮ ਸੇ ਕਮ ਇਹਨਾਂ ਤੋਂ ਤਾਂ ਦਾਜ ਦਵਾ ਦਿੰਦੀ। ਉਦੋਂ ਤਾਂ ਤੂੰ ਬਥੇਰਾ ਕਹਿੰਦੀ ਸੀ ਜਦੋਂ ਰਿਸ਼ਤਾ ਕਰਾਉਣਾ ਸੀ ਵੀ ਇਹਨਾਂ ਤੋਂ ਫੁੱਲ ਦਾਜ ਦਵਾਉਂਦੀ। ਹੁਣ ਮੈਨੂੰ ਕਿਹੜਾ ਪਤਾ ਸੀ ਵੀ ਇਹ ਜਮਾ ਹੀ ਨੰਗ ਨੇਗੇ, ਮੈਂ ਤਾਂ ਆਪ ਪਛਤਾਉਣੀ ਆ ਹੁਣ। ਉਹ ਪਛਤਾਏ ਤੋਂ ਸਿਵਾਏ ਹੋਰ ਕੀ ਰਹਿ ਗਿਆ, ਮੈਨੂੰ ਤਾਂ ਕੁਛ ਨਹੀਂ ਮਿਲਿਆ। ਮੈਂ ਸੋਚਿਆ ਸੀ ਛੋਟੇ ਦੇ ਬਹਾਨੇ ਮੈਨੂੰ ਗੱਡੀ ਮਿਲ ਜੂ। ਮੈਂ ਵੀ ਤਾਂ ਇਹੀ ਸੋਚ ਕੇ ਸਾਕ ਕਰਾਇਆ ਸੀ, ਬਸ ਸਾਰੀ ਸਕੀਮ ਤਰੀ ਤਰਾ ਹੀ ਰਹਿ ਗਈ। ਨਾ ਹੁਣ ਮੰਗ ਲੈ, ਹੁਣ ਕੀ ਕੁਛ ਡੁੱਲੇ ਪੇਰਾਂ ਦਾ ਵਿਗੜਿਆ। ਹੁਣ ਕਿਵੇਂ ਮੰਗਾ, ਹੁਣ ਤਾਂ ਇਹਨਾਂ ਦਾ ਆਪਦਾ ਹੀ ਕਾਟੋ ਕੇਸ਼ ਨਹੀਂ ਮੁੱਕਦਾ, ਮੈਂ ਤਾਂ ਨਾ ਪਰੇਸ਼ਾਨ ਹੋਈ ਪਈ ਆਂ। ਆ ਸਾਲੇ ਦੋ ਰਿਸ਼ਤੇਦਾਰ ਮਿਲਿਆ, ਦੋਨੇ ਨੰਗ ਮਲੰਗ, ਲੋਕਾਂ ਦੇ ਘਰੇ ਦੋ ਦੋ ਗੱਡੀਆਂ ਖੜੀਆਂ, ਇੱਥੇ ਸਾਲੇ ਦੀ ਇੱਕ ਵੀ ਨਹੀਂ। ਨਾ ਕੀ ਗੱਲ, ਬਾਰ ਬਾਰ ਤੁਸੀਂ ਮੈਨੂੰ ਹੀ ਬੋਲੀ ਜਾਂਦੇ ਹੋਗੇ, ਉਹਨੂੰ ਤਾਂ ਕੁਛ ਕਹਿੰਦੇ ਨਹੀਂ ਹੈਗੇ। ਜਿਹਨੂੰ ਕਹਿਣਾ ਗਾ ਜਦ ਦਿਲ ਕਰਦਾ ਆ ਕੇ ਮੈਨੂੰ ਪੁੱਠਾ ਸਿੱਧਾ ਬੋਲਣ ਲੱਗ ਜਾਂਦੇ ਨੇਗੇ, ਹੁਣ ਇਹ ਚ ਮੈਂ ਦੱਸੋ ਕੀ ਕਰਾਂ। ਨਹੀਂ ਨਹੀਂ, ਕਰਨ ਨੂੰ ਤੇ ਵੈਸੇ ਹੋਰ ਵੀ ਬਹੁਤ ਕੁਛ ਸਕਦਾ, ਕੋਈ ਨਾ ਕੋਈ ਸਕੀਮ ਲਾਉਣੀ ਪੈਣੀ। ਉਹ ਸਕੀਮ ਕੀ ਲਾਉਣੀ ਹੈ, ਜੇ ਨਹੀਂ ਕੁਛ ਲਿਆਉਂਦੀ ਤਾਂ ਆਪਾਂ ਅਨਮੋਲ ਦਾ ਵਿਆਹ ਕਿਤੇ ਹੋਰ ਕਰ ਦਿੰਦੇ ਹਾਂ। ਅੱਛਾ ਫਿਰ ਇਹਦਾ ਕੀ ਬਣੂ, ਇਹਨੂੰ ਕੀ ਕਹਾਂਗੇ। ਮੇਰੇ ਰਿਸ਼ਤੇਦਾਰੀ ਚੋਂ ਆ ਫਿਰ ਵੀ ਮੈਂ ਕੀ ਜਵਾਬ ਦਊਂਗੀ, ਸਮਝ ਨਹੀਂ ਆ ਰਿਹਾ ਕੁਛ। ਇਹ ਤੂੰ ਸੋਚਣਾ, ਮੈਂ ਨਹੀਂ, ਮੈਂ ਜੋ ਕਹਿਣਾ ਸੀ ਕਹਿਤਾ, ਹੁਣ ਤੂੰ ਆਪ ਦੇਖ ਵੀ ਕੀ ਕਰਨਾ। ਹੁਣ ਤਾਂ ਫਿਰ ਅਨਮੋਲ ਦੀ ਕੰਨ ਕਸਣੇ ਪੈਣੇ ਆ, ਉਹੀ ਕੁਛ ਕਰ ਸਕਦਾ। ਜੋ ਮਰਜ਼ੀ ਕਰ ਪਰ ਮੈਨੂੰ ਆਪਦੀ ਡਿਊਟੀ ਕਰ ਲੈਣ ਦੇ, ਇਸ ਮਹੀਨੇ 'ਚ ਨਾ ਗੱਲ ਸਿਰੇ ਲੱਗਣੀ ਚਾਹੀਦੀ ਹੈ। ਤੁਸੀਂ ਕਰ ਲਓ ਡਿਊਟੀ, ਤੁਹਾਨੂੰ ਕੌਣ ਰੋਕਦਾ, ਮੈਂ ਆਪੇ ਕਰ ਲੂੰ ਕੁਛ ਨਾ ਕੁਛ, ਤੁਸੀਂ ਬਸ ਦੇਖੀ ਜਾਓ। ਆਹੋ ਸਾਂਭ ਲੈ, ਨਹੀਂ ਮੈਂ ਆਪਦੇ ਭਰਾ ਦਾ ਵਿਆਹ ਕਿਤੇ ਹੋਰ ਕਰ ਦੂੰ। ਹੌਲੀ ਬੋਲੋ ਤੁਸੀਂ, ਮਾੜਾ ਮੋਟਾ ਦੇਖ ਲਿਆ ਕਰੋ, ਨਾਲੇ ਨਾ ਫਿਕਰ ਨਾ ਕਰੋ, ਲਾਉਣੀ ਆਉਣਾ ਕੋਈ ਨਾ ਕੋਈ ਤਾਂ ਸਕੀਮ। ਪਰ ਜੇ ਤੁਸੀਂ ਇੱਕ ਵਾਰੀ ਅਨਮੋਲ ਨਾਲ ਗੱਲ ਕਰਕੇ ਦੇਖ ਲੈਂਦੇ। ਉਹ ਤਾਂ ਮੈਂ ਕਰ ਲੈਣਾ ਅਨਮੋਲ ਨਾਲ ਗੱਲ, ਤੂੰ ਐਂ ਕਰ ਹੁਣ ਚਾਹ ਦੀ ਘੁੱਟ ਬਣਾ ਕੇ ਲੈ ਕੇ ਆ, ਫਿਰ ਵੇਖਦਾ ਮੈਂ ਕੀ ਕਰਨਾ। ਮੰਦਰ ਬਹਿਣਾ ਚੱਲ, ਠੀਕ ਹੈ ਠੀਕ ਹੈ। ਗੱਲ ਤਾਂ ਨਾ ਮੁੜ ਮੁੜ ਕੇ ਮੇਰੇ ਤੇ ਆਈ ਜਾਂਦੀ ਆ, ਨਾਲੇ ਵੈਸੇ ਵੀ ਮੈਂ ਕਿਉਂ ਤੰਗ ਕਰਾਂ ਆਪਦੇ ਮਾਂ ਬਾਪ ਨੂੰ, ਇੰਨਾ ਕਰਤਾ ਉਹਨਾਂ ਨੇ ਥੋੜਾ ਕਰਤਾ। ਜੋ ਕੁਛ ਵੀ ਕਰਨਾ ਨਾ ਹੁਣ ਇਸੇ ਤੋਂ ਕਰਾਂਗੀ ਮੈਂ। ਵੈਸੇ ਵੀ ਸਾਕ ਤੇਰਾ ਮੈਂ ਹੀ ਕਰਾਇਆ ਇੱਥੇ, ਪਰ ਹਾਂ ਹੁਣ ਨਾ ਮੈਂ ਅਨਮੋਲ ਦੇ ਕੰਨ ਭਰੂੰਗੀ ਤਾਂ ਹੀ ਕੁਛ ਹੋ ਸਕਦਾ, ਨਹੀਂ ਤਾਂ ਪਰਵੀਨ ਖੇਡਾਂ ਖਤਮ ਹੀ ਸਮਝ ਤੂੰ। ਨਹੀਂ ਨਹੀਂ ਇਹ ਸਭ ਨਹੀਂ ਮੈਂ ਆਉਣ ਦਿੰਦੇ, ਜੋ ਮਰਜ਼ੀ ਹੋ ਜਾਵੇ। ਸਮਾਨ ਵੀ ਮੇਰਾ ਸਾਰਾ ਖਤਮ ਹੋਇਆ ਪਿਆ। ਦੀਦੀ
ਤੁਸੀਂ ਕਿਤੇ ਚੱਲੇ ਸੀਗੇ? ਨਹੀਂ, ਮੈਂ ਕਿਤੇ ਨਹੀਂ ਚੱਲੀ। ਕਿਉਂ? ਮੈਂ ਕਹਿੰਦੀ ਸੀਗੀ ਵੀ ਤੁਸੀਂ ਮੈਨੂੰ ਥੋੜੇ ਜਿਹੇ ਪੈਸੇ ਦੇ ਦਿੰਦੇ, ਬਾਹਰ ਭਾਈ ਆਊਗਾ ਸਬਜ਼ੀ ਵਾਲਾ, ਮੈਂ ਉਹ ਤੋਂ ਸਬਜ਼ੀ ਲੈ ਲਾਂਗੀ। ਨਾ ਚੱਕ ਕੇ ਮੂੰਹ ਤੋਂ ਮੇਰੇ ਕੋਲੇ ਆ ਗਈ ਪੈਸੇ ਲੈਣ? ਕੀ ਗੱਲ, ਤੇਰੇ ਕੋਲੇ 20-50 ਰੁਪਏ ਵੀ ਨਹੀਂ ਹੈਗੇ ਸਬਜ਼ੀ ਲੈਣ ਨੂੰ? ਦੀਦੀ, ਮੇਰੇ ਕੋਲ ਕਿੱਥੋਂ ਪੈਸੇ ਹੋਣੇ, ਮੈਂ ਕਿਹੜਾ ਕਮਾਉਂਦੀ ਆ? ਤੁਸੀਂ ਆਪ ਸਿਆਣੇ ਹੋ, ਉਹ ਤਾਂ ਦਾਰੂ ਪੀ ਪੀ ਕੇ ਸਾਰੇ ਪੈਸੇ ਲੜਾ ਦਿੰਦੇ ਨੇ, ਮੈਂ ਕਿਤੋਂ ਮੰਗਾ ਪੈਸੇ? ਨਹੀਂ, ਉਹ ਦਾਰੂ ਵੀ ਨਾ ਤੇਰੇ ਕਰਕੇ ਪੀਣ ਲੱਗਿਆ ਗਾ, ਵਿਆਹ ਤੋਂ ਪਹਿਲਾਂ ਨਹੀਂ ਸੀ ਪੀਂਦਾ ਉਹ। ਅੱਗੇ ਦਾਰੂ ਪੀਂਦੇ ਨੇ ਗੇ, ਜਨਾਨੀ ਦੇ ਹੱਥ ਹੁੰਦਾ ਬੰਦੇ ਨੂੰ ਰੱਖਣਾ। ਮੇਰੇ ਕਰਕੇ ਕਿਉਂ ਦੀਦੀ ਪੀਣ ਲੱਗ ਗਏ? ਮੈਂ ਕਿਹੜਾ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਦਾਰੂ ਪੀਓ? ਓ ਹੋ ਹੋ, ਮੇਰੀ ਭੋਲੀ ਦਰਾਣੀ, ਦੇਖ ਡਿੰਪਲ, 6 ਮਹੀਨੇ ਹੋ ਚੱਲੇ ਨੇ ਤੁਹਾਡੇ ਵਿਆਹ ਨੂੰ, ਦਾਗ ਤਾਂ ਤੈਨੂੰ ਲੱਗ ਚੁੱਕਿਆ ਨਾ। ਜੇ ਇੱਥੇ ਵਸਣਾ ਤਾਂ ਤੈਨੂੰ ਇੱਕ ਕੰਮ ਕਰਨਾ ਪਊ, ਫਿਰ ਹੋ ਸਕਦਾ ਪ੍ਰੀਤ ਦਾਰੂ ਛੱਡ ਹੀ ਦੇਵੇ। ਇਹ ਤਾਂ ਦੀਦੀ ਮੈਨੂੰ ਵੀ ਪਤਾ ਆ, ਜਿੱਥੇ ਮੇਰੇ ਮਾਪਿਆਂ ਨੇ ਮੈਨੂੰ ਵਿਆਹ ਕੇ ਤੋਰਿਆ ਨਾ, ਇਹੀ ਮੇਰੀ ਮੰਜ਼ਿਲ ਹੈ, ਇੱਥੇ ਜਿਨਾ ਮਰਨਾ ਆ। ਤੁਸੀਂ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਅੱਛਾ, ਚੱਲ ਫਿਰ ਤੂੰ ਐਂ ਕਰ, ਆਪਣੇ ਪੇਕਿਆਂ ਨੂੰ ਕਹਿ ਕਿ ਮੈਨੂੰ ਗੱਡੀ ਦੇਣ। ਵੈਸੇ ਵੀ ਜੇ ਦੇਖਿਆ ਜਾਵੇ ਲੋਕਾਂ ਦੇ ਘਰਾਂ 'ਚ 2-2 ਗੱਡੀਆਂ ਖੜੀਆਂ ਨੇ, ਤੇ ਇੱਥੇ ਆਪਣੇ 1 ਵੀ ਗੱਡੀ ਨਹੀਂ ਹੈਗੀ। ਵੈਸੇ ਵੀ ਵਿਆਹ 'ਤੇ ਕਿਹੜਾ ਤੇਰੇ ਜ਼ਿਆਦਾ ਖਰਚਾ ਕਰਿਆਗਾ, ਇੰਨਾ ਕੁ ਤਾਂ ਉਹ ਕਰ ਹੀ ਸਕਦੇ ਨੇ ਤੇਰੇ ਖਾਤਰ। ਗੱਡੀ? ਦੀਦੀ ਤੁਸੀਂ ਆਹ ਸਭ ਕੁਛ ਕੀ ਬੋਲੀ ਜਾਂਦੇ ਹੋ? ਤੁਹਾਨੂੰ ਤਾਂ ਪਤਾ ਹੀ ਹੈ ਦੀਦੀ ਕਿ ਮੇਰੇ ਪੇਕੇ ਇੰਨੇ ਜੋਗੇ ਨਹੀਂ ਹੈਗੇ। ਤੁਸੀਂ ਤਾਂ ਸਭ ਕੁਛ ਜਾਣਦੇ ਹੋਏ ਵੀ ਤੁਸੀਂ ਮੈਨੂੰ ਗੱਡੀ ਵਾਸਤੇ ਕਹੀ ਜਾਂਦੇ ਹੋ। ਨਹੀਂ, ਤੈਨੂੰ ਨੂੰ ਕਹੂੰਗੀ, ਹੋਰ ਕਿਹਨੂੰ ਕਹੂੰਗੀ, ਹੋਰ ਕੀ ਤੇਰੇ ਪੇਕਿਆਂ ਨੂੰ ਕਵਾਂ? ਵਸਣਾ ਤਾਂ ਤੈ ਆ ਇੱਥੇ, ਨਾਲੇ ਬੰਦਾ ਤਾਂ ਤੇਰੇ ਹੀ ਆ। ਦੇਖ ਡਿੰਪਲ, ਆਹ ਬਾਹਲੀਆਂ ਗੱਲਾਂ ਦੀਆਂ ਤਾਂ ਮੈਨੂੰ ਆਉਂਦੀਆਂ ਨੀ ਗੀਆਂ। ਜੇ ਤੈਨੇ ਆਪਦੇ ਬੰਦੇ ਦੀ ਦਾਰੂ ਚੜਾਉਣੀ ਆ ਨਾ, ਤਾਂ ਆਹੀ ਇੱਕੋ ਹੱਲ ਆ। ਜੇ ਤੈਨੇ ਇੱਥੇ ਰਹਿਣਾ ਤਾਂ ਦੇਖ ਲੈ ਭਾਈ, ਤੇਰੀ ਮਰਜ਼ੀ ਆ। ਦੀਦੀ, ਤੁਸੀਂ ਤਾਂ ਮੇਰੇ ਰਿਸ਼ਤੇਦਾਰੀ ਚੋਂ ਮੇਰੀ ਵੱਡੀ ਭੈਣ ਲੱਗਦੇ ਹੋ, ਫਿਰ ਕਿਉਂ ਏਦਾਂ ਕਰੀ ਜਾਂਦੇ ਹੋ? ਜੇ ਤੁਹਾਡੀ ਆਪਦੀ ਭੈਣ ਹੁੰਦੀ ਫਿਰ ਵੀ ਤੁਸੀਂ ਐਂ ਕਰਦੇ? ਰਿਸ਼ਤੇਦਾਰੀ ਨੂੰ ਕੌਣ ਦੇਖਦਾ ਅੱਜ ਕੱਲ੍ਹ ਡਿੰਪਲ, ਨਾਲੇ ਤੇਰੇ ਬਾਈ ਤਾਂ ਮੇਰੇ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਗੁੱਸੇ ਆ ਕਿ ਮੇਰਾ ਇੰਨਾ ਸੋਹਣਾ ਹੀਰੇ ਵਰਗਾ ਭਰਾ ਕਿਹੋ ਜਿਹੇ ਨੰਗਾਂ ਦੇ ਫਸਾ ਕੇ ਰੱਖਤਾ। ਤੈਨੂੰ ਪਤਾ ਤੇਰੇ ਕਰਕੇ ਮੈਨੂੰ ਕਿੰਨਾ ਕਿੰਨਾ ਕੁਛ ਸੁਣਨਾ ਪੈਂਦਾ ਗਾ। ਊਂ ਤੂੰ ਕਹਿੰਦੇ ਰਿਸ਼ਤੇਦਾਰੀ, ਜੇ ਮੇਰੀ ਰਿਸ਼ਤੇਦਾਰੀ ਤੇਰੇ ਨਾਲ ਨਾ ਆਉਂਦੀ ਨਾ, ਤਾਂ ਮੈਂ ਕੋਈ ਨਹੀਂ ਸੀ ਕਿਸੇ ਤੋਂ ਕਹਾਉਂਦੀ, ਉਹ ਵੀ ਤੇਰੇ ਕਰਕੇ। ਹਾਂ ਦੀਦੀ, ਜੇ ਤੁਹਾਨੂੰ ਪਤਾ ਹੀ ਸੀਗਾ ਵੀ ਅਸੀਂ ਘਰ ਚੋਂ ਗਰੀਬ ਆ, ਫਿਰ ਤੁਸੀਂ ਮੇਰਾ ਰਿਸ਼ਤਾ ਕਿਉਂ ਲਿਆ? ਤੁਸੀਂ ਪਹਿਲਾਂ ਹੀ ਸੋਚ ਲੈਂਦੇ। ਮੈਨੂੰ ਕਿਹੜਾ ਪਤਾ ਸੀ ਵੀ ਜਮਾ ਹੀ ਲੰਘੋ ਤੁਸੀਂ। ਚੱਲ ਕੋਈ ਗੱਲ ਨੀ, ਜਿਹੜਾ ਕੁਛ ਹੋਣਾ ਸੀ ਹੋ ਗਿਆ, ਬਾਕੀ ਦਾ ਨਾ ਮਾਂ ਪਿਓ ਤਾਂ ਸਭ ਕੁਛ ਕਰਦਾ ਹੀ ਹੁੰਦਾ ਆਪਦੀ ਧੀ ਕਰਕੇ, ਤੂੰ ਇੱਕ ਵਾਰੀ ਕਹਿ ਕੇ ਤਾਂ ਦੇਖ। ਦੀਦੀ, ਮੈਂ ਨਹੀਂ ਕਹਿ ਸਕਦੀ ਉਹਨਾਂ ਨੂੰ ਗੱਡੀ ਵਾਸਤੇ, ਮੇਰੀ ਇਹਦੇ ਹਜੇ 2 ਭੈਣਾਂ ਵੀ ਕੁਆਰੀਆਂ ਬੈਠੀਆਂ ਨੇ, ਮੈਂ ਉਹਨਾਂ ਦਾ ਗਲ ਕਿਵੇਂ ਘੋਟਦਾ? ਤੈਨੂੰ ਗਲ ਘੋਟਣ ਨੂੰ ਕਿਹਨੇ ਕਿਹਾ? ਗੱਡੀ ਵਾਸਤੇ ਕਿਹਾ ਗਾ, ਜੇ ਕਹਿ ਦੇਣਗੇ ਕਿਧਰੇ ਨੀ ਉਹਨਾਂ ਨੂੰ ਫਾਹਾ ਪੈਂਦਾ ਹੈਗਾ, ਕਿਧਰੇ ਨੀ ਮਰਨ ਲੱਗੇ ਹੈਗੇ, ਤੂੰ ਇੱਕ ਵਾਰੀ ਕਹਿ ਦੇ ਕਿਧਰੇ ਨੂੰ ਕੁਛ ਹੁੰਦਾ ਹੈਗਾ। ਮੇਰੀ ਗੱਲ ਸੁਣ, ਤਾਂ ਦਾਰੂ ਛੁਡਾਉਣੀ ਹੈ ਨਾ ਉਹਦੀ, ਕੀ ਪਤਾ ਉਹ ਗੱਡੀ ਕਰਕੇ ਦਾਰੂ ਹੀ ਛੱਡ ਦੇਵੇ। ਦੀਦੀ, ਗੱਡੀ ਨਾਲ ਦਾਰੂ ਦਾ ਕੀ ਸੰਬੰਧ ਭਲਾ, ਤੁਸੀਂ ਆਪ ਸੋਚੋ, ਦਾਰੂ ਤਾਂ ਉਦੋਂ ਦੇ ਪੀਂਦੇ ਨੇ ਜਦ ਦੀ ਮੈਂ ਵਿਆਹ ਕੇ ਆਈ ਆ। ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਤੇਰੇ ਬੁੱਗ ਚ ਕਿਉਂ ਨੀ ਗੱਲ ਵੜਦੀ ਹੈਗੀ, ਜਦੋਂ ਦੀ ਤੂੰ ਵਿਆਹ ਕੇ ਆਈ ਆ ਉਦੋਂ ਤਾਂ ਪੀਣ ਲੱਗਿਆ, ਵਿਆਹ ਤੋਂ ਪਹਿਲਾਂ ਕਦੇ ਪੀਤੀ ਆ ਉਹਨੇ? ਪਰ ਤੈਨੂੰ ਵੀ ਕੀ ਪਤਾ ਹੋਊਗਾ, ਜਿਹੇ ਜਿਹੇ ਤੈਨੇ ਘਰ ਚ ਪੈਰ ਧਰਿਆ ਉਦੋਂ ਦੀ ਪੀਣੀ ਉਹਨੇ ਸ਼ੁਰੂ ਕਰਤੀ। ਦੀਦੀ, ਪਤਾ ਕੀ ਆ, ਤੁਸੀਂ ਭਾਵੇਂ ਮੈਨੂੰ ਮਾਰ ਲਓ ਕੁੱਟ ਲਓ, ਚਾਹੇ ਮੈਨੂੰ ਵੜ ਦਿਓ,
ਪਰ ਮੈਂ ਆਪਦੇ ਮਾਂ ਪਿਓ ਨੂੰ ਕੁਛ ਨਹੀਂ ਕਹਿ ਸਕਦੀ। ਮੈਂ ਉਹਨਾਂ ਨੂੰ ਜਿਉਂਦੇ ਜੀ ਨਹੀਂ ਮਾਰ ਸਕਦੀ ਦੀਦੀ। ਮੇਰੇ ਮਾਂ ਬਾਪ ਨੇ ਬਹੁਤ ਔਖਾ ਮੇਰਾ ਵਿਆਹ ਕੀਤਾ, ਇੰਨਾ ਕਰਜ਼ਾ ਚੁੱਕਿਆ, ਪਤਾ ਨਹੀਂ ਮੇਰੀ ਛੋਟੀਆਂ ਭੈਣਾਂ ਨੂੰ ਕਿਵੇਂ ਪੜ੍ਹਾਉਂਦੇ ਨੇਗੇ ਉਹ। ਮੇਰੇ ਤੇ ਤਰਸ ਖਾ ਲਓ, ਮੈਂ ਨਹੀਂ ਗੱਡੀ ਲਿਆ ਸਕਦੀ। ਮੈਨੂੰ ਕਹਿੰਦਾ ਤਰਸ ਕਹੀ ਜਾਂਦੀ ਆ ਨਾ, ਮੈਂ ਕਿਉਂ ਖਾਵਾਂ ਭਾਈ। ਤੇਰੇ ਤੇ ਤਰਸ ਖਾ ਕੇ ਤੇਰਾ ਇਸ ਘਰ ਚ ਰਿਸ਼ਤਾ ਲਿਆ ਸੀ ਮੈਨੇ, ਵੀ ਤੂੰ ਵਧੀਆ ਰਾਜ ਕਰੇਂਗੀ ਇੱਥੇ, ਪਰ ਮੈਨੂੰ ਕੀ ਪਤਾ ਸੀ ਵੀ ਆਹ ਕੁਛ ਤੁਹਾਡੇ ਦੋਹਾਂ ਦੇ ਵਿੱਚ ਹੋਊਗਾ। ਪਤਾ ਨੀ ਭਾਈ ਤੇਰੇ ਚ ਕਿਸੇ ਚੀਜ਼ ਦੀ ਘਾਟ ਆ, ਪਤਾ ਨੀ ਉਹਦੇ ਚ ਰੱਬ ਜਾਣਦਾ। ਨਾਲੇ ਗੱਲ ਸੁਣ ਡਿੰਪਲ, ਆ ਮੇਰੇ ਕੋਲੇ ਨਾ ਭਾਈ ਆ ਕੇ ਰੋਣ ਧੋਣ ਜਾ ਕਰਿਆ ਕਰ, ਮੈਨੂੰ ਤਾਂ ਗੁੱਸਾ ਚੜਦਾ ਗਾ। ਉੱਥੋਂ ਦੀ ਤੇਰਾ ਬਾਈ ਮੈਨੂੰ ਇੰਨਾ ਇੰਨਾ ਬੋਲਦਾ, ਬਸ ਮੈਂ ਆਹੀ ਬਸ ਜੋਗੀ ਰਹਿ ਗਈ ਵੀ ਸੁਣੀ ਜਾਵਾਂ। ਘਰੇ ਤੂੰ ਆ ਕੇ ਬੋਲਣ ਲੱਗ ਜਾਂਦੀ ਆ, ਕਦੇ ਤੇਰਾ ਬਾਈ ਸਿਰ ਚੜ ਜਾਂਦਾ ਆ ਕੇ ਮੇਰੇ, ਹੱਦ ਹੋਈ ਪਈ ਹੈਗੀ। ਦੇਖ ਜੇ ਤੈਨੂੰ ਇਸ ਘਰ ਚ ਵਸਣਾ ਨਾ ਤਾਂ ਗੱਡੀ ਤਾਂ ਲੈ ਕੇ ਆਉਣੀ ਪਊਗੀ, ਬਾਕੀ ਤੇਰੀ ਮਰਜ਼ੀ ਹੈ, ਜਿਵੇਂ ਤੈਨੂੰ ਸਹੀ ਲੱਗਦਾ ਉਦਾਂ ਕਰ। ਚਲੋ ਹੋ ਪਰਾ ਜਾਣ ਦੇ ਮੈਨੂੰ ਇੱਥੋਂ, ਦਿਮਾਗ ਖਰਾਬ ਕਰ ਦਿੰਦੀ ਆ ਕੇ। ਦੀਦੀ ਤੁਸੀਂ ਤਾਂ ਮੈਨੂੰ ਚੱਕਰਾਂ ਚ ਪਾ ਤਾ, ਮੈਂ ਕੀ ਕਰਾਂ ਕੀ ਨਾ ਕਰਾਂ ਕੁਛ ਸਮਝ ਨਹੀਂ ਆ ਰਹੀ। ਪਰ ਹਾਂ ਇੱਕ ਗੱਲ ਜ਼ਰੂਰ ਆ, ਮੈਂ ਮਰਨੋਂ ਮਰ ਜੂੰ ਪਰ ਆਪਣੇ ਮਾਂ ਪਿਓ ਨੂੰ ਕਦੇ ਨਹੀਂ ਤੰਗ ਕਰਾਂਗੀ। ਉਹ ਬਹੁਤ ਗਰੀਬ ਨੇ, ਤੁਸੀਂ ਕਿਉਂ ਨਹੀਂ ਸਮਝਦੇ, ਉਹ ਨਹੀਂ ਗੱਡੀ ਦੇ ਸਕਦੇ ਤੁਹਾਨੂੰ। ਦਾਰੂ ਵੀ ਮੁੱਕੀ ਪਈ ਆ, ਮੈਂ ਤਾਂ ਸਵੇਰੇ ਪੈਗ ਲਾ ਲੈਂਦਾ ਸੀ, ਹੁਣ ਕਿਵੇਂ ਕਰਾਂ। ਨਾ ਤਾਂ ਕੋਲੇ ਪੈਸੇ ਆ, ਬਾਈ ਕਹਿੰਦਾ ਸੀ ਵੀ ਦਾਰੂ ਲਿਆ ਕੇ ਨੂੰ, ਉਦੇ ਲਿਆ ਤੀ, ਰੋਜ਼ ਲਿਆ ਕੇ ਨਹੀਂ ਦਿੰਦਾ, ਮੇਰਾ ਤਾਂ ਸਰਦਾ ਨਹੀਂ ਦਾਰੂ ਬਿਨਾਂ। ਉਹ ਤਾਂ ਖਾ ਦਿੱਤਾ ਦਾਰੂ ਫਿਰ। ਕੀ ਹੋਇਆ ਕੱਲੀ ਗੱਲਾਂ ਜੀ ਮਰੀ ਜਾਣਾ, ਠੀਕ ਵੀ ਹੈ? ਠੀਕ ਆ ਭਾਬੀ, ਬਸ ਨਾਲੇ ਡਿੰਪਲ ਕਿੱਥੇ ਆ? ਉਹ ਭਾਬੀ ਉਹ ਤਾਂ ਮੇਲਾ ਦੁੱਧ ਲੈਣ ਗਈ ਆ ਸ਼ਾਇਦ, ਤੈਨੂੰ ਪਤਾ ਮੈਂ ਬਾਹਲਾ ਨਹੀਂ ਧਿਆਨ ਦਿੱਤਾ ਦਿੰਦਾ ਹੁੰਦਾ ਉਹਦੇ ਚ, ਮੇਰੀ ਤਾਂ ਦਾਰੂ ਮੁੱਕੀ ਪਈ ਆ, ਮੇਰੇ ਤਾਂ ਹੋਰ ਹੀ ਕੋਝਾ ਹੋਈ ਜਾਂਦਾ। ਬੇ ਚੱਲ ਕੋਈ ਗੱਲ ਨੀ, ਦਾਰੂ ਵੀ ਮੰਗਵਾ ਦਿੰਦੀ ਆ ਮੈਂ ਤੇਰੇ ਬਾਈ ਤੋਂ ਕਹਿ ਕੇ। ਪਹਿਲਾਂ ਮੈਨੂੰ ਇਹ ਦੱਸ, ਤੈਨੂੰ ਡਿੰਪਲ ਨਾਲ ਗੱਲ ਕਰੀਏ ਤਾਂ ਨਾ ਜਿਹੜੀ ਤੇਰੇ ਬਾਈ ਨੇ ਕਿਹਾ ਸੀ ਤੈਨੂੰ? ਕਿਹੜੀ ਗੱਲ ਭਾਬੀ, ਮੈਨੂੰ ਤਾਂ ਕੋਈ ਗੱਲ ਦੇ, ਤੂੰ ਬਹਿ ਜਾ ਪਹਿਲਾਂ। ਕਿਹੜੀ ਗੱਲ ਮੈਨੂੰ ਹੁਣ ਦੱਸ, ਮੈਨੂੰ ਤਾਂ ਕੋਈ ਗੱਲ ਦੇ ਨਹੀਂ ਪਤਾ। ਜਮਾ ਹੀ ਨਹੀਂ ਪਤਾ, ਤੂੰ ਡਰਾਮੇ ਕਰਦਾ। ਭਾਬੀ ਮੈਂ ਡਰਾਮੇ ਕਾਹਦੇ ਵਾਸਤੇ ਕਰਨੇ, ਜੇ ਕੋਈ ਮੈਨੂੰ ਗੱਲ ਦਾ ਪਤਾ ਹੋਊ ਮੈਂ ਤੁਹਾਨੂੰ ਦੱਸ ਦੂੰ, ਮੈਨੂੰ ਕੋਈ ਗੱਲ ਦੇ ਨਹੀਂ ਪਤਾ। ਬੇ ਗੱਡੀ ਬਾਰੇ, ਇਹਦੇ ਪੇਕਿਆਂ ਨੂੰ ਕਹਿ ਕੇ ਗੱਡੀ ਲੈ ਲਾ, ਕਿਹਾ ਨਹੀਂ ਤੇਰੇ ਬਾਈ ਨੇ ਤੈਨੂੰ? ਓਹੋ ਭਾਬੀ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ, ਕੋਈ ਨਾ ਅੱਜ ਆ ਜਾਂਦੇ ਇਹਦੇ ਨਾਲ ਕਰਦਾ ਮੈਂ ਗੱਲ। ਆਹੋ ਜੇ ਗੱਲ ਕਰੇਂਗੇ ਨਾ ਸਾਰੇ ਢੰਗ ਸਿਰ ਨਾਲ ਕਰੀ, ਤੈਨੂੰ ਪਤਾ ਇੰਨੀ ਆਸਾਨੀ ਨਾਲ ਨਹੀਂ ਮੰਨਣ ਆਏ। ਕੋਈ ਨਾ ਭਾਬੀ ਤੂੰ ਟੈਨਸ਼ਨ ਨਾ ਲੈ, ਕੱਚੀਆਂ ਗੋਲੀਆਂ ਤਾਂ ਮੈਂ ਵੀ ਨਹੀਂ ਖੇਡੀਆਂ, ਇੱਕ ਮਿੰਟ ਚ ਮਨਾ ਲਓ, ਗੱਡੀ ਇੱਕ ਛੱਡ, ਗੱਡੀਆਂ ਦੋ ਆਉਣਗੀਆਂ ਆਪਣੇ ਘਰ। ਵੇਖ ਤੂੰ ਨਾ ਇੱਕੋ ਗੱਡੀ ਲੈ ਲਾ, ਉਹੀ ਬਹੁਤ ਆ, ਦੋ ਕਿੱਥੋਂ ਦੇ ਦੇਣਗੇ ਇਹ, ਨੰਗ ਤਾਂ ਹੈਗੇ ਨੇਗੇ, ਜਿੰਨਾ ਮਰਜ਼ੀ ਕਹੀ ਚੱਲ। ਮੇਰੀ ਗੱਲ ਸੁਣ ਤੂੰ, ਨਾਲ ਇਹਨਾਂ ਨੂੰ ਚੰਡ ਕੇ ਰੱਖਿਆ ਕਰ, ਮਾੜਾ ਮੋਟਾ ਸਿਰ ਚੜਾਈ ਜਾਣਾ ਉਹਨੂੰ, ਡੱਕਾ ਨਹੀਂ ਤੋੜਦੀ ਘਰੇ, ਕੋਈ ਕੰਮ ਕਾਰ ਨਹੀਂ ਕਰਾਉਂਦੀ ਹੈਗੀ, ਸਰਜਾ ਬੰਨ ਕੇ ਪੈ ਜੂਗੀ ਪਖੰਡਣ, ਅਕੇ ਮੇਰਾ ਆਹ ਦੁਖਦਾ ਮੇਰਾ ਉਹ ਦੁਖਦਾ, ਇੱਥੇ ਸਾਰੀ ਦਿਹਾੜੀ ਮੇਰੇ ਸੁਰਤ ਮਾਰੀ ਰਹਿੰਦੀ ਹੈਗੀ। ਕਿਉਂ ਕੰਮ ਕਿਉਂ ਨਹੀਂ ਕਰਦੀ ਭਾਬੀ? ਉਹ ਹੋਰ ਇਹਦੇ ਪੇਕੇ ਕਰਨਗੇ ਕੰਮ ਆ ਕੇ, ਨਾਲੇ ਤੂੰ ਨਾ ਕੰਮ ਕੁੰਮ ਜਾ ਕਰਿਆ ਕਰ, ਹੁਣ ਬਥੇਰਾ ਕੰਮ ਕਰ ਲਿਆ ਤੂੰ। ਕੋਈ ਨਾ ਅੱਜ ਇਹਨੂੰ ਆ ਜਾਂਦੇ, ਮੈਂ ਕਰਦਾ ਇਹਦੇ ਨਾਲ ਗੱਲ, ਮੈਂ ਪੱਟੂ ਇਹਦੀ ਗੁੱਤ ਵੀ ਕੰਮ ਕਿਉਂ ਨਹੀਂ ਕਰਦੀ, ਸਾਰਾ ਕੰਮ ਇਹਦੇ ਤੋਂ ਕਰਾਇਆ ਕਰੂੰ, ਤੂੰ ਟੈਨਸ਼ਨ ਨਾ ਲੈ ਭਾਬੀ। ਇਹ ਕਿੱਥੇ ਕਰਦੀ ਹੈ ਕੋਈ ਕੰਮ, ਸਾਰੀ ਦਿਹਾੜੀ ਤਾਂ ਇੱਥੇ ਮੇਰੀ ਸੁਰਤ ਬੰਦ ਹੀ ਰਹਿੰਦੀ ਹੈਗੀ। ਆ ਹੁਣ ਤਾਂ ਤੂੰ ਆਪਦੀ ਅੱਖਾਂ ਸਾਹਮਣੇ ਦੇਖ ਲਾ ਕਿਹੜਾ ਟਾਈਮ ਹੋ ਗਿਆ ਗਈ ਨੂੰ, ਹਜੇ ਤੱਕ ਘਰੇ ਨਹੀਂ ਬੜੀ ਹੈਗੀ, ਮਾਰਦੀ ਉਹਨਾਂ ਇੱਥੇ ਬੁੜੀਆਂ ਨਾਲ ਖੜੀ ਗੱਲਾਂ,
ਇਹਨੂੰ ਤਾਂ ਮੌਕਾ ਮਿਲਣਾ ਚਾਹੀਦਾ ਘਰੋਂ ਨਿਕਲਣ ਦਾ। ਕੋਈ ਨਾ ਭਾਬੀ, ਘਰੇ ਆ ਜਾਂਦੇ, ਇਹਨੂੰ ਤਾਂ ਮੈਂ ਰੱਖਦਾ ਸੂਤਕੇਸ ਵਾਲੀ ਨੂੰ। ਜੇ ਅੱਜ ਇਹ ਤੋਂ ਕੰਮ ਸਾਰਾ ਮੈਂ ਨਾ ਕਰਾਇਆ, ਮੇਰਾ ਨਾਂ ਬਦਲਦੀ ਭਾਬੀ। ਤੂੰ ਟੈਂਸ਼ਨ ਨਾ ਲਿਆ ਕਰ ਮੇਰੇ ਹੁੰਦੇ, ਮੈਂ ਤੇਰੇ ਨਾਲ ਹਾਂ। ਜਦੋਂ ਤੁਸੀਂ ਮੇਰੇ ਨਾਲ ਹੋ ਫਿਰ ਮੈਂ ਕਿਵੇਂ ਤੁਹਾਨੂੰ ਪਿੱਠ ਦਿਖਾ ਦੂੰਗਾ। ਵੇ ਇੰਨਾ ਕੁ ਤਾਂ ਮੈਨੂੰ ਮਾਣ ਆ ਤੇਰੇ ਤੇ ਦਿਓਰਾ। ਚੱਲ ਠੀਕ ਆ, ਹੁਣ ਮੈਂ ਬਿੰਦ ਘੜੀ ਆਰਾਮ ਕਰ ਲਾਂ। ਗੱਡੀ ਵਾਲੀ ਗੱਲ ਤੇ ਗੌਰ ਕਰ ਦੇ। ਤੂੰ ਟੈਂਸ਼ਨ ਨਾ ਲੈ ਭਾਬੀ, ਮੈਂ ਤੇਰੇ ਨਾਲ ਮਾੜੀ ਜਿਹੀ ਗੱਲ ਕਰਨੀ ਸੀ। ਮੈਂ ਨਾ ਦਾਰੂ ਦੀ ਮੁੱਕੀ ਪੀ ਲਈ। ਲੈ ਤੇਰਾ ਇਹ ਜਿਹਾ ਮੂੰਹ ਕਿਉਂ ਬਣਾਉਣਾ, ਜਿੰਨੀ ਮਰਜ਼ੀ ਪੀ ਲਈ, ਆ ਪੈਣੇ ਲਮਾਈ ਚ ਪੈਸੇ ਚੱਕ ਲਈ। ਚੰਗਾ ਸੱਚੀ ਭਾਬੀ ਬੇ, ਆਹੋ ਤੈਨੂੰ ਜਿੰਨਾ ਗੱਲ ਕਿਹਾ ਨਾ ਓਨੀ ਕਰਿਆ ਕਰ। ਆ ਦਿਮਾਗ ਚ ਨਾ ਫੜਦੀ ਹੁਣ ਗੱਡੀ ਵਾਲੀ ਗੱਲ। ਭਾਬੀ ਉਹਦੀ ਨਾ ਤੂੰ ਫਿਕਰ ਕਰ, ਗੱਡੀ ਤਾਂ ਹੁਣ ਆਈ ਲੈ। ਮੈਂ ਕਹਿੰਦਾ ਸੀ 1000 ਰੁਪਈਆ ਲੈ ਜਾਂ। ਬੇ ਮੈਂ ਗੱਡੀ ਦੀ ਫਿਕਰ ਨਹੀਂ ਕਰਦੀ, ਤੇ ਤੂੰ ਦਾਰੂ ਦੀ ਫਿਕਰ ਨਾ ਕਰ। ਬਸ 1000 ਛੱਡ, 2000 ਲੈ ਜਾ। ਬਸ ਠੀਕ ਆ ਭਾਬੀ, ਤੇਰੇ ਹੁੰਦੇ ਕਾਹਦਾ ਫਿਕਰ ਹੈ। ਫਿਰ ਮੈਂ ਜਾਣਾ, ਪੈਗ ਲਾ ਕੇ ਫਿਰ ਮਾਣ ਤਾਂ ਕਰੂੰ ਇਹਦਾ, ਐਂ ਤਾਂ ਹੋਣਾ ਨਹੀਂ। ਚੱਲ ਠੀਕ ਆ, ਕੰਮ ਲੈ। ਠੀਕ ਆ ਭਾਬੀ, ਲੈ ਭਾਬੀ ਵੀ ਸਿਰੇ ਕਰਾਉਂਦੀ ਹੈ। ਆਖੇ 1000 ਛੱਡ, 2000 ਲੈ ਜਾ। ਛਾਲੋ ਮਣਾ, ਸਰੀਰ ਜਾ ਟੁੱਟੀ ਜਾਂਦਾ, ਫੈਗ ਲੱਗ ਗਈ ਅੱਜ। ਨਾ ਕਿਹੜੇ ਵੇਲੇ ਦੀ ਗਈਆਂ ਸਾਲੀਏ, ਨਾ ਕਿਹੜੇ ਖਾਦਮ ਕੋਲ ਬੈਠੇ ਸੀ ਕੁੱਤਗੇ, ਤੈਨੂੰ ਇਹ ਨੀ ਪਤਾ ਵੀ ਘਰੇ ਵੀ ਮੁੜਨਾ ਹੁੰਦਾ। ਮੈਨੂੰ ਇਹ ਨੀ ਸਮਝ ਆਉਂਦੀ, ਤੁਸੀਂ ਮੈਨੂੰ ਮਾਰਨ ਕੁੱਟਣ ਕੀ ਲੱਗ ਜਾਂਦੇ ਹੋ, ਕੀ ਗਲਤੀ ਕੀ ਕੀਤੀ ਹੈ ਮੈਂ ਇਹ ਜੀ। ਹਾਂ ਆਖੇ ਗਲਤੀ ਕੀਤੀ ਹੈ, ਨਾ ਤੂੰ ਕਿਹੜੇ ਵੇਲੇ ਦੀ ਬਾਹਰ ਗਈਆਂ, ਕਿਹਦੇ ਕੋਲ ਬੈਠੀ ਸੀ ਪਹਿਲਾਂ ਤਾਂ ਮੈਨੂੰ ਇਹ ਦੱਸ। ਕਿਸੇ ਕੋਲ ਨੀ ਬੈਠੀ ਸੀਗੀ, ਮੈਂ 2 ਮਿੰਟ ਦੁਕਾਨ ਤੇ ਗਈ ਸੀ, ਨਾਲ ਦੀ ਨਾਲ ਆ ਗਈ, ਕਿਹਦੇ ਕੋਲ ਬੈਠਣਾ ਸੀਗਾ ਮੈਂ। ਹੋ ਮੈਨੂੰ ਪਤਾ ਹੀ ਆ, ਤੂੰ ਘਰੇ ਕਿੱਥੇ ਖੜਦੀ ਆ, ਬਾਹਰ ਹੀ ਤੁਰੀ ਫਿਰਦੀ ਆ, ਪਤਾ ਨੀ ਕਿਹੜੇ ਯਾਰ ਬਣਾਈ ਬੈਠੀ ਆ। ਸਾਲੀਏ ਕੁੱਤਗੇ, ਜੇ ਆਹ ਕੁਛ ਕਰਨਾ ਤਾਂ ਮੇਰੇ ਘਰੋਂ ਨਿਕਲ ਜਾ, ਇੱਥੇ ਰਹਿਣ ਦੀ ਕੋਈ ਲੋੜ ਨੀ। ਮੈਨੂੰ ਕੀ ਮੌਤ ਆਈ ਆ, ਜਿਹੜੀ ਗੱਲ ਸੱਚ ਆ ਨਾ ਮੈਂ ਉਹ ਕਰਦਾ। ਨਾਲੇ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲਾ, ਜੇ ਇਸ ਘਰੇ ਰਹਿਣਾ ਤਾਂ ਗੱਡੀ ਲੈ ਕੇ ਆ, ਗੱਡੀ। ਮੇਰੇ ਬਾਲ ਛੱਡ ਦੋ, ਬਾਲ ਛੱਡ ਦੋ ਮੇਰੇ। ਬਾਲ ਤਾਂ ਤੇਰੇ ਛੱਡਤੇ, ਹਾਂ ਜਿਹੜੀ ਗੱਲ ਹੁਣ ਤੈਨੂੰ ਕਹੀ ਹੈ ਨਾ ਉੱਤੇ ਗੌਰ ਕਰ ਲਾ, ਗੱਡੀ। ਮੈਂ ਗੱਡੀ ਨਹੀਂ ਦੇ ਸਕਦੀ, ਮੈਂ ਦੀਦੀ ਨੂੰ ਵੀ ਇਹ ਗੱਲ ਕੀਤੀ ਸੀ, ਮੈਂ ਗੱਡੀ ਨਹੀਂ ਦੇ ਸਕਦੀ, ਮੇਰੇ ਮਾਂ ਪਿਓ ਬਹੁਤ ਗਰੀਬ ਨੇ। ਨਹੀਂ ਦੇ ਸਕਦੇ, ਚੰਗੀ ਮਰਜ਼ੀ ਕੁੱਟ। ਤੇਰੀ ਜਵਾਨ ਨਾ ਬਹੁਤ ਲੜਾਉਣ ਲੱਗ ਗਈ ਤੂੰ ਮੇਰੇ ਨਾਲ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਜੇ ਇਸ ਘਰੇ ਰਹਿਣਾ ਤਾਂ ਮੇਰੇ ਭਰਾ ਤੇ ਮੇਰੀ ਭਾਬੀ ਦੀ ਗੱਲ ਤੈਨੂੰ ਮੰਨਣੀ ਪਊ, ਗੱਡੀ ਇੱਥੇ ਖੜਾਉਣੀ ਪਊ ਸਾਡੇ ਵਿਹੜੇ ਚ। ਸੁਣ ਗਈ ਗੱਲ? ਮੈਂ ਕਿੱਥੋਂ ਗੱਡੀ ਲੈ ਕੇ ਆਵਾਂ, ਕਿੱਥੋਂ ਲੈ ਕੇ ਆਵਾਂ ਗੱਡੀ? ਕਿੰਨੀ ਵਾਰੀ ਤੁਹਾਨੂੰ ਮੈਂ ਕਹਿਤਾ ਵੀ ਮੈਂ ਨਹੀਂ ਕਰ ਸਕਦੀ ਆ ਸਭ ਕੁਛ, ਪ੍ਰੀਤ ਕਿਉਂ ਨੀ ਗੱਲ ਨੂੰ ਮੰਨਦੇ ਤੁਸੀਂ? ਕੀ ਹੋ ਰਿਹਾ ਤੁਹਾਨੂੰ ਪ੍ਰੀਤ? ਪ੍ਰੀਤ, ਪ੍ਰੀਤ, ਪ੍ਰੀਤ,
ਕੀ ਹੋਇਆ ਦੀਦੀ? ਪ੍ਰੀਤਮ ਦੀਦੀ, ਦੀਦੀ, ਦੀਦੀ ਇੱਕ ਮਿੰਟ ਦਰਵਾਜ਼ਾ ਖੋਲ ਦੋ ਪਲੀਜ਼। ਦੀਦੀ ਕਿਉਂ ਗੇਟ ਖੜਕਾਈ ਜਾਂਦੀ ਹੈ? ਦੀਦੀ ਕੀ ਹੋ ਗਿਆ? ਦੀਦੀ ਪ੍ਰੀਤ ਨੂੰ ਪਤਾ ਨੀ ਕੀ ਹੋ ਗਿਆ, ਦੀਦੀ ਬੇਹੋਸ਼ ਹੋਏ ਪਏ ਨੇ, ਬੋਲ ਹੀ ਨਹੀਂ ਰਹੇ। ਇੱਕ ਮਿੰਟ ਆ ਕੇ ਦੇਖ ਲਓ ਪਲੀਜ਼। ਨਹੀਂ ਫਿਰ ਅਸੀਂ ਕੀ ਕਰੀਏ? ਤੂੰ ਨਾ ਹਟੀ, ਸਾਡਾ ਖਹਿੜਾ ਛੱਡੀ। ਜਦ ਉਹਦਾ ਆਪ ਦੇਖਣਾ ਤੇ ਤਾਂ ਉਹਦਾ ਬੰਦਾ ਵੀ ਨਹੀਂ ਸਾਹਮਣਾ ਹੋਣਾ। ਪਤਾ ਨਹੀਂ ਕਿਉਂ ਕਿ ਤੁਸੀਂ ਇੱਕ ਮਿੰਟ ਦੇਖ ਤੋ ਲੋ, ਉਹਨਾਂ ਨੂੰ ਗੱਲ ਵੀ ਨਹੀਂ ਕਰ ਰਹੇ। ਆਪਾਂ ਹਸਪੀਟਲ ਲੈ ਚੱਲਦੇ ਆ ਉਹਨਾਂ ਨੂੰ। ਪਲੀਜ਼ ਐ ਕਰਨੀ, ਤੇਰੇ ਪੇਕੇ ਇਹਨਾਂ ਦੇ ਜਿਉਂਦੇ ਨੇ, ਮਰੇ ਨਹੀਂ ਹੈਗੇ। ਉਹਨਾਂ ਤੋਂ ਬੁਲਾਣਾ, ਕਿਸੇ ਨੂੰ ਆ ਜਾਣਗੇ, ਸਾਂਭ ਲੈਣਗੇ ਇਹਨੂੰ। ਹੁਣ ਅਸੀਂ ਠੇਕਾ ਲੈ ਰੱਖਿਆ, ਤੇਰਾ ਰਿਸ਼ਤਾ ਕਰਾਉਣਾ ਅਸੀਂ ਕਰਾਤਾ, ਹੁਣ ਸਾਰੀ ਉਮਰ ਦੇਖੀ ਜਾਵਾਂ ਇਹਨੂੰ ਮੈਂ। 2 ਮਿੰਟ ਚੈਨ ਨਾਲ ਤਾਂ ਬੈਠਣ ਦੇ ਦਿਆ ਕਰ ਸਾਨੂੰ। ਚਲੋ ਜੀ, ਇਹਦਾ ਕੀ ਆਗਾ ਪੌੜੀ ਜੀ, ਜਾਨੀ ਤਰਾ ਤੂੰ ਨਿਕਲ ਇੱਥੋਂ ਡੰਗਰ ਜੀ। ਆਜਾ ਪ੍ਰਵੀਰ, ਉਹਨਾਂ ਪੈਣਾ ਦੁੱਪਰ ਕਰਤਾ ਜੀ। ਪ੍ਰੀਤ ਮੈਂ ਕਿੱਥੇ ਆ? ਮੰਨਤ, ਮੰਨਤ ਕੌਣ? ਮੰਨਤ ਜੀ, ਮੈਂ ਡਿੰਪਲ ਆ, ਤੁਹਾਡੀ ਘਰ ਵਾਲੀ। ਡਿੰਪਲ? ਹਾਂਜੀ। ਤੂੰ ਇੱਥੇ ਕੀ ਕਰਦੀ ਆ? ਮੈਂ ਇੱਥੇ ਕੀ ਕਰਦੀ ਆ? ਮੈਂ ਤੁਹਾਡੇ ਸਿਰ ਤੇ ਠੰਡੀਆਂ ਪੱਟੀਆਂ ਰੱਖ ਰਹੀ ਆ। ਤੁਹਾਨੂੰ ਪਤਾ ਹੈ ਰਾਤ ਤੁਸੀਂ ਕਿੰਨੀ ਪੀਤੀ ਸੀਗੀ, ਤੇ ਉਹਦੇ ਕਰਕੇ ਨਾ ਤੁਹਾਨੂੰ ਇੰਨਾ ਕੁ ਬੁਖਾਰ ਹੋ ਗਿਆ ਕਿ ਡਾਕਟਰ ਨੇ ਫਿਰ ਕਿਹਾ ਹੈ ਕਿ ਤੁਹਾਡੇ ਸਿਰ ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖਣੀਆਂ ਨੇ। ਰਾਤ ਮੈਂ ਤੁਹਾਡੇ ਲਈ ਮੈਡੀਸਿਨ ਵੀ ਲੈ ਕੇ ਆਈ ਸੀ। ਫਿਰ ਮੈਂ ਦਾਰੂ ਪੀਤੀ ਸੀ? ਮੈਂ ਕਦੋਂ ਦਾਰੂ ਪੀਤੀ ਹੈ? ਤੁਹਾਨੂੰ ਨਾ ਹਜੇ ਕੁਝ ਨਹੀਂ ਯਾਦ। ਤੁਸੀਂ ਆਰਾਮ ਕਰ ਲਓ, ਫਿਰ ਅੱਜ ਨਾਲ ਡਾਕਟਰ ਆਏਗਾ, ਤੁਹਾਨੂੰ ਚੈੱਕ ਕਰਕੇ ਜਾਏਗਾ। ਠੀਕ ਹੈ, ਬੈਠੋ, ਤੁਸੀਂ ਆਰਾਮ ਕਰੋ, ਮੈਂ ਆਉਂਦੀ ਹਾਂ। ਤੂੰ ਕਿੱਥੇ ਚੱਲੀ ਗਈ? ਪਰ ਮੇਰੇ ਕੋਲ ਨੀ ਬੈਠੀ ਸਾਰੀ ਰਾਤ ਦੀ, ਤਾਂ ਮੇਰੇ ਕੋਲ ਸੀ, ਹੁਣ ਕਿੱਥੇ ਚੱਲੀ ਆ ਤੂੰ? ਲੈ ਜਾ। ਤੁਹਾਨੂੰ ਕਿਵੇਂ ਪਤਾ ਵੀ ਸਾਰੀ ਰਾਤ ਮੈਂ ਤੁਹਾਡੇ ਕੋਲ ਬੈਠੀ ਸੀਗੀ? ਤੁਸੀਂ ਤਾਂ ਬੁਖਾਰ ਨਾਲ, ਤੁਹਾਡੀ ਇੰਨੀ ਕੁ ਹਾਲਤ ਖਰਾਬ ਸੀ ਕਿ ਤੁਹਾਨੂੰ ਕੁਛ ਵੀ ਨਹੀਂ ਸੀ ਪਤਾ। ਹਾਂ ਨਿੰਤਾ, ਮੈਂ ਬੁਖਾਰ ਨਾਲ ਬੇਸੁਰਤ ਸੀ, ਪਰ ਇੰਨਾ ਕੁ ਵੀ ਬੇਸੁਰਤ ਨਹੀਂ ਸੀ ਜੇ ਮੈਨੂੰ ਕੁਛ ਪਤਾ ਨਾ ਲੱਗੇ। ਤੂੰ ਸਾਰੀ ਰਾਤ ਮੇਰੀ ਕੇਅਰ ਕੀਤੀ, ਠੰਡੇ ਪਾਣੀ ਦੀਆਂ ਪੱਟੀਆਂ ਰੱਖੀ, ਤੇ ਮੇਰੇ ਆਪਣੇ ਤਾਂ ਕਮਰੇ 'ਚ ਸੁੱਤੇ ਪਏ ਸੀ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਮੂੜ ਇੰਨਾ ਬਿਮਾਰ। ਤੂੰ ਮੇਰੀ ਕੇਅਰ ਕੀਤੀ ਹੈ ਡਿੰਪਲ, ਇਹ ਤਾਂ ਮੇਰਾ ਫਰਜ਼ ਹੈ ਜੀ। ਤੁਹਾਨੂੰ ਪਤਾ ਆ ਆਪਣੇ ਵਿਆਹ ਵੇਲੇ ਬਾਈ ਜੀ ਨੇ ਕੀ ਕਿਹਾ ਸੀਗਾ ਕਿ ਵਿਆਹ ਤੋਂ ਬਾਅਦ ਤੁਸੀਂ ਇੱਕ ਦੂਜੇ ਸਾਥ ਕਦੇ ਨਹੀਂ ਛੱਡਣਾ, ਦੋ ਜਿਸਮ ਤੇ ਇੱਕ ਜਾਨ ਬਣ ਕੇ ਰਹਿਣਾ ਆ। ਤੇ ਫਿਰ ਜਦੋਂ ਤੁਹਾਨੂੰ ਬੁਖਾਰ ਹੋ ਗਿਆ, ਫਿਰ ਮੈਂ ਆਪਣੀ ਜਾਨ ਨੂੰ ਕਿਵੇਂ ਇਕੱਲਾ ਛੱਡ ਸਕਦੀ ਸੀ? ਦੂਰ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ।
ਬਸ ਡਿੰਪਲ, ਮੈਂ ਹੀ ਗਲਤ ਸੀ, ਮੈਂ ਹੀ ਤੈਨੂੰ ਅਪਣਾ ਨਹੀਂ ਸਕਿਆ। ਸਾਰੀ ਉਮਰ ਨਾ ਇਸ ਗਲਤੀ ਨੂੰ ਕੋਸਦਾ ਰਹੂੰਗਾ। ਡਿੰਪਲ, ਜੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦੀ ਯਾਰ। ਤੁਸੀਂ ਇੱਦਾਂ ਨਾ ਸੋਚੋ ਜੀ, ਤੁਸੀਂ ਕੋਈ ਬਗਾਨੇ ਥੋੜਾ, ਨਾਲੇ ਗਲਤੀਆਂ ਤਾਂ ਲੱਖਾਂ ਹੋ ਜਾਂਦੀਆਂ ਨੇ ਆਪਣਿਆਂ ਤੋਂ, ਤੇ ਕਦੇ ਵੀ ਨਾ ਆਪਣੇ ਬੰਦਿਆਂ ਤੋਂ ਕਦੇ ਮਾਫੀ ਨਹੀਂ ਮੰਗੀ ਦੀ ਹੁੰਦੀ। ਮੈਨੂੰ ਤੇਰੇ ਤੇ ਮਾਣ ਹੈ ਡਿੰਪਲ, ਮੈਂ ਵੀ ਸ਼ਰਾਬ ਦੇ ਨਸ਼ੇ 'ਚ ਤੈਨੂੰ ਕੋਸਦਾ ਰਿਹਾ, ਬਹੁਤ ਕੁੱਟਿਆ ਮੈਂ ਤੈਨੂੰ ਡਿੰਪਲ, ਬਹੁਤ ਤਾਨੇ ਮੈਨੂੰ ਦਿੱਤੇ, ਜੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦੀ, ਮੈਂ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਦਾ ਡਿੰਪਲ। ਮੈਂ ਤਾਂ ਤੁਹਾਨੂੰ ਕਦੋਂ ਦੀ ਮਾਫ ਕਰ ਚੁੱਕੀ ਹਾਂ, ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਇਹ ਮੰਨਤ ਕੌਣ ਹੈ? ਮੰਨਤ? ਉਹ ਛੱਡ ਡਿੰਪਲ, ਹੁਣ ਇਹਨਾਂ ਗੱਲਾਂ ਨੂੰ ਕੀ ਛੇੜਨਾ। ਨਹੀਂ, ਤੁਹਾਨੂੰ ਮੇਰੀ ਸੌਂ ਆ, ਤੁਸੀਂ ਮੈਨੂੰ ਦੱਸੋ ਵੀ ਇਹ ਮੰਨਤ ਕੌਣ ਆ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਹਾਡੇ ਦਿਲ ਦੇ ਵਿੱਚ ਨਾ ਕੋਈ ਏਦਾਂ ਦਾ ਗਹਿਰਾ ਦਾਗ ਰਹਿ ਜੇ। ਦੱਸਦਾ ਡਿੰਪਲ, ਮੰਨਤ ਕੌਣ? 4 ਸਾਲ ਪਹਿਲਾਂ ਦੀ ਗੱਲ ਹੈ, ਮੰਨਤ ਨੂੰ ਮੈਂ ਬਹੁਤ ਪਿਆਰ ਕਰਦਾ ਸੀ, ਇੱਕ ਗਰੀਬ ਘਰ ਦੀ ਕੁੜੀ ਸੀ, ਸੋਹਣੀ ਹੱਦੋਂ ਵੱਧ, ਤੇਰੇ ਜਿੰਨੀ ਸੋਹਣੀ ਸੀ ਡਿੰਪਲ। ਅਤੇ ਮੈਂ ਬਾਈ ਨੂੰ ਕਿਹਾ, ਬਾਈ ਮੈਂ ਮੰਨਤ ਨਾਲ ਵਿਆਹ ਕਰਾਉਣਾ, ਮੈਂ ਉਹਨੂੰ ਪਿਆਰ ਕਰਦਾ। ਬਾਈ ਨੇ ਅਤੇ ਭਾਬੀ ਨੇ ਮੇਰੀ ਇੱਕ ਨਹੀਂ ਮੰਨੀ, ਇਹਨਾਂ ਨੇ ਮੇਰਾ ਵਿਆਹ ਤੇਰੇ ਨਾਲ ਕਰਤਾ ਡਿੰਪਲ। ਤਾਂ ਹੀ ਮੈਂ ਸ਼ਰਾਬ ਪੀਣ ਲੱਗਿਆ ਸੀ, ਮੈਂ ਸ਼ੁਰੂ ਤੋਂ ਸ਼ਰਾਬ ਨਹੀਂ ਸੀ ਪੀਂਦਾ ਡਿੰਪਲ। ਕਿਉਂ, ਮਨਾ ਕੀ ਕਰਤਾ ਸੀਗਾ? ਜਦੋਂ ਰੱਜ ਕੇ ਸੋਹਣੀ ਸੀ ਫਿਰ ਕੀ ਕਮੀ ਸੀ ਉਹਦੇ 'ਚ? ਡਿੰਪਲ, ਉਹ ਕੁਛ ਲੈ ਦੇ ਨਹੀਂ ਸੀ ਸਕਦੇ, ਗਰੀਬ ਘਰ ਤੋਂ ਸੀ, ਪਰ ਇਹ ਬਾਈ ਅਤੇ ਭਾਬੀ ਦਾਜ ਦੇ ਲਾਲਚੀ, ਕਹਿੰਦੇ ਜੇ ਵਿਆਹ ਕਰਾਉਣਾ ਤਾਂ ਉਹਨੂੰ ਕਹਿ ਦਾਜ ਲੈ ਕੇ ਆਵੇ, ਗੱਡੀ ਲੈ ਕੇ ਆਵੇ, ਪਰ ਇਹਨਾਂ ਨੇ ਮੇਰੀ ਇੱਕ ਨਹੀਂ ਮੰਨੀ। ਮੰਨਤ ਨੇ ਮੈਨੂੰ ਕਿਹਾ ਵੀ ਆਪਾਂ ਇੱਥੋਂ ਭੱਜ ਚੱਲਦੇ ਹਾਂ, ਉਹਦੇ ਘਰਦਿਆਂ ਨੂੰ ਮੈਂ ਵੀ ਪਸੰਦ ਸੀ, ਪਰ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਬਾਈ ਅਤੇ ਭਾਬੀ ਦੇ ਪਿਆਰ ਅੱਗੇ ਮੈਂ ਜਮ੍ਹਾਂ ਹਾਰ ਗਿਆ ਸੀ, ਅਤੇ ਮੇਰਾ ਰਿਸ਼ਤਾ ਇਹਨਾਂ ਨੇ ਤੇਰੇ ਨਾਲ ਕਰਤਾ ਡਿੰਪਲ, ਅਤੇ ਮੰਨਤ ਨੇ ਸੁਸਾਈਡ ਕਰ ਲਿਆ, ਅਤੇ ਉਹਦੇ ਗਰੀਬ ਮਾਂ ਪਿਓ ਉਹ ਵੀ ਪਿੱਛੋਂ ਮਰ ਗਏ। ਜਦ ਇੰਨਾ ਕੁਛ ਹੋ ਗਿਆ ਸੀ ਫਿਰ ਦੀਦੀ ਨੇ ਮੇਰੇ ਤੋਂ ਕਿਉਂ ਗੱਡੀ ਮੰਗੀ, ਜਦਕਿ ਮੈਂ ਵੀ ਤੇ ਗਰੀਬ ਘਰ ਚੋਂ ਸੀਗੀ? ਨਾਲੇ ਦੀਦੀ ਤਾਂ ਮੈਨੂੰ ਇਹ ਗੱਲ ਕਹੀ ਗਏ ਕਿ ਵੀ ਪ੍ਰੀਤ ਤੇਰੇ ਨਾਲ ਤਾਂ ਲੜਾਈ ਕਰਦਾ, ਉਹ ਇਸ ਕਰਕੇ ਦਾਰੂ ਪੀਂਦਾ ਕਿਉਂਕਿ ਉਹਨੂੰ ਗੱਡੀ ਚਾਹੀਦੀ ਆ। ਝੂਠ ਆ ਡਿੰਪਲ, ਬਿਲਕੁਲ ਝੂਠ ਆ, ਸੱਚ ਤੇ ਪੜਦਾ ਪਾਉਣ ਖਾਤਰ ਨਾ ਝੂਠ ਬੋਲਿਆ ਜਾਂਦਾ ਵੀ ਸਾਡੀ ਬਦਨਾਮੀ ਨਾ ਹੋਵੇ। ਤੇਰੇ ਨਾਲ ਵਿਆਹ ਕਰਾਉਣ ਤੋਂ ਬਾਅਦ ਨਾ ਮੈਂ ਡਿਪਰੈਸ਼ਨ 'ਚ ਚਲਾ ਗਿਆ ਸੀ, ਹਮੇਸ਼ਾ ਅੱਖਾਂ ਮੂਹਰੇ ਉਹੀ ਕੁੜੀ ਘੁੰਮਦੀ ਸੀ, ਉਹਨੂੰ ਭੁਲਾਉਣ ਖਾਤਰ ਮੈਂ ਦਾਰੂ ਪੀਂਦਾ ਸੀ ਡਿੰਪਲ, ਦਾਰੂ ਪੀਂਦਾ ਸੀ ਮੈਂ। ਓ ਮੇਰੇ ਰੱਬਾ, ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡਾ ਸਾਰਾ ਦੁੱਖ ਸਮਝਦੀ ਹਾਂ, ਠੀਕ ਹੈ? ਪਰ ਹੁਣ ਜੋ ਤੁਸੀਂ ਕਹੋਗੇ ਨਾ, ਜਿਹੜੀ ਸਜ਼ਾ ਦਓਗੇ ਮੈਂ ਤਿਆਰ ਹਾਂ, ਪਰ ਪ੍ਰੀਤ ਮੇਰੇ ਘਰ ਦੀ ਗੱਡੀ ਨਹੀਂ ਦੇ ਸਕਦੀ। ਨਾ ਡਿੰਪਲ, ਆ ਗੱਡੀ ਵਾਲੀ ਗੱਲ ਨਾ ਕਰ, ਆ ਗੱਡੀ ਮੈਨੂੰ ਨਹੀਂ, ਆ ਗੱਡੀ ਬਾਈ ਅਤੇ ਭਾਬੀ ਨੂੰ ਚਾਹੀਦੀ ਸੀ। ਮੈਂ ਤਾਂ ਡਿੰਪਲ ਕਦੇ ਕਿਹਾ ਨਹੀਂ ਸੀ, ਇਹਨਾਂ ਨੇ ਮੈਨੂੰ ਭੜਕਾਇਆ ਸੀ, ਇਹ ਮੈਨੂੰ ਦਾਰੂ ਪਿਆਉਂਦੇ ਰਹੇ ਕਿ ਉਹ ਤੋਂ ਗੱਡੀ ਮੰਗ। ਡਿੰਪਲ ਮੈਨੂੰ ਮਾਫ਼ ਕਰ ਦੀ, ਮੈਨੂੰ ਕੋਈ ਗੱਡੀ ਨਹੀਂ ਚਾਹੀਦੀ, ਮੈਂ ਅੱਜ ਤੋਂ ਹਮੇਸ਼ਾ ਤੇਰੇ ਨਾਲ ਹਾਂ, ਜੋ ਤੂੰ ਕਹੇਗੀ ਮੈਂ ਉਹ ਕਰੂੰਗਾ। ਆ ਦਾਰੂ, ਅੱਜ ਤੋਂ ਬਾਅਦ ਦਾਰੂ ਨਹੀਂ ਪੀਂਦਾ ਡਿੰਪਲ, ਤੇਰੀ ਸੁਣ। ਸੱਚੀ ਦੱਸਾਂ, ਤੁਹਾਨੂੰ ਦੇਖ ਕੇ ਇੱਦਾਂ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਇੱਦਾਂ ਲੱਗ ਰਿਹਾ ਕਿ ਮੈਨੂੰ ਮੇਰੀ ਇੱਕ ਨਵੀਂ ਜ਼ਿੰਦਗੀ ਮਿਲ ਚੁੱਕੀ ਹੈ, ਤੁਸੀਂ ਤਾਂ ਮੈਨੂੰ ਜਿਉਣ ਜੋਗਾ ਕਰਤਾ। ਨਹੀਂ ਡਿੰਪਲ, ਹੁਣ ਆਪਾਂ ਨਾ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਾਂਗੇ, ਖੁਸ਼ੀਆਂ ਭਰੀ ਜ਼ਿੰਦਗੀ।